ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸ ਟੀਵੀ ਮੈਂ ਹਾਂ ਬਰੁਨ ਕਾਰਮਾਨ ਖਬਰਾਂ ਦੇ ਬ੍ਰਿਟਨ ਵਿੱਚ ਤੁਹਾਡਾ ਸਵਾਗਤ ਖਬਰਾਂ ਦੇ ਬ੍ਰਿਟਨ ਦੇ ਸਪਾਂਸਰ ਰੀਅਲ ਅਸਟੇਟ ਬ੍ਰੋਕਰ ਮੋਹਨ ਚੀਮਾ ਰੀਅਲ ਅਸਟੇਟ ਦੀ ਦੁਨੀਆ ਦੇ ਵਿੱਚ ਮੰਨਿਆ ਪਰਮੰਨਿਆ ਨਾਮ ਪੇਸ਼ ਨੇ ਪਹਿਲਾਂ ਚੋਣ ਦੀਆਂ ਖਬਰਾਂ ਓਨਟਾਰੀਓ ਵਿੱਚ ਨਵੇਂ ਪ੍ਰਵਾਸੀਆਂ ਕੋਲੋਂ ਹੁਣ ਨਹੀਂ ਮੰਗਿਆ ਜਾਵੇਗਾ ਕੈਨੇਡੀਅਨ ਤਜਰਬਾ ਅੰਤਰਰਾਸ਼ਟਰੀ ਯਾਤਰੀਆਂ ਲਈ ਭਾਰਤ ਸਰਕਾਰ ਨੇ ਜਾਰੀ ਕੀਤੇ ਨਵੇਂ ਦਿਸ਼ਾ ਨਿਰਦੇਸ਼ ਆਸਟ੍ਰੇਲੀਆਈ ਸਰਕਾਰ ਵੱਲੋਂ ਕੌਮਾਂਤਰੀ ਹੱਦਾਂ ਖੋਲ੍ਹਣ ਦਾ ਐਲਾਨ ਕੈਨੇਡਾ ਨੇ ਲਾਂਚ ਕੀਤਾ ਵੈਕਸੀਨ ਪਾਸਪੋਰਟ 3 ਨਵੰਬਰ ਤੋਂ ਇਸ ਬਿਨਾਂ ਨਹੀਂ ਕਰ ਸਕੋਗੇ ਸਫ਼ਰ ਐਫਡੀਏ ਨੇ ਮਾਡਰਨਾ ਅਤੇ ਜੌਨਸਨ ਐਂਡ ਜੌਨਸਨ ਦੇ ਮਿਕਸ ਐਂਡ ਮੈਚ ਟੀਕਾਕਰਨ ਨੂੰ ਦਿੱਤੀ ਮਨਜ਼ੂਰੀ ਫਾਈਜ਼ਰ ਅਤੇ ਬਾਇਓਨਟੈਕ ਵੈਕਸੀਨ ਦੀ ਬੂਸਟਰ ਖੁਰਾਕ ਲੈਣ ਤੋਂ ਬਾਅਦ ਕੋਰੋਨਾ ਦਾ ਖਤਰਾ ਹੋਵੇਗਾ ਘੱਟ ਇੱਕ ਖੋਜ ਚੀਨ ਵਿੱਚ ਫਿਰ ਤੋਂ ਕੋਰੋਨਾ ਦੀ ਦਹਿਸ਼ਤ ਸੈਂਕੜੇ ਫਲਾਈਟਾਂ ਰੱਦ ਤੇ ਸਕੂਲ ਹੋਏ ਬੰਦ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਕੈਨੇਡਾ ਦੇ ਓਨਟਾਰੀਓ ਸੂਬੇ ਵਿੱਚ ਨਵੇਂ ਪ੍ਰਵਾਸੀਆਂ ਨੂੰ ਕਿਸੇ ਪੇਸ਼ੇ ਨਾਲ ਸੰਬੰਧਿਤ ਲਾਇਸੈਂਸ ਲੈਣ ਵਾਸਤੇ ਕੈਨੇਡੀਅਨ ਤਜਰਬੇ ਦੀ ਜ਼ਰੂਰਤ ਨਹੀਂ ਪਏਗੀ ਜੀ ਹਾਂ ਸੂਬਾ ਸਰਕਾਰ ਵੱਲੋਂ ਇੱਕ ਨਵਾਂ ਕਾਨੂੰਨ ਲਿਆਂਦਾ ਗਿਆ ਹੈ ਜਿਸ ਤਹਿਤ ਰੈਗੂਲੇਟਰੀ ਸੰਸਥਾਵਾਂ ਪ੍ਰਵਾਸੀਆਂ ਤੋਂ ਸੰਬੰਧਿਤ ਕੰਮ ਦਾ ਕੈਨੇਡੀਅਨ ਤਜਰਬਾ ਨਹੀਂ ਮੰਗ ਸਕਣਗੀਆਂ ਅਤੇ ਪ੍ਰਵਾਸੀਆਂ ਨੂੰ ਆਪਣੀ ਸਹੂਲਤ ਮੁਤਾਬਕ ਲਾਇਸੈਂਸ ਮਿਲ ਜਾਣਗੇ ਇਸ ਤੋਂ ਇਲਾਵਾ ਅੰਗਰੇਜ਼ੀ ਭਾਸ਼ਾ ਨਾਲ ਸੰਬੰਧਿਤ ਸ਼ਰਤਾਂ ਵਿੱਚ ਸੋਧ ਕੀਤੀ ਜਾ ਰਹੀ ਹੈ ਜਦਕਿ ਲਾਇਸੈਂਸ ਅਰਜ਼ੀਆਂ ਦੀ ਪ੍ਰੋਸੈਸਿੰਗ ਤੇਜ਼ ਕਰਨ ਦੇ ਪ੍ਰਬੰਧ ਵੀ ਕੀਤੇ ਜਾ ਰਹੇ ਨੇ ਓਨਟਾਰੀਓ ਦੇ ਕਿਰਤ ਸਿਖਲਾਈ ਅਤੇ ਹੁਨਰ ਵਿਕਾਸ ਮੰਤਰੀ ਮੌਂਟੀ ਮੈਕਨੋਟਨ ਨੇ ਦੱਸਿਆ ਕਿ ਇਹਨਾਂ ਤਬਦੀਲੀਆਂ ਰਾਹੀਂ ਪ੍ਰਵਾਸੀਆਂ ਦੇ ਰਾਹ ਵਿੱਚ ਆਉਣ ਵਾਲੇ ਸਾਰੇ ਅੜਿੱਕੇ ਖਤਮ ਹੋ ਜਾਣਗੇ ਅਤੇ ਉਹ ਆਪਣੀ ਮਰਜ਼ੀ ਵਾਲੇ ਪੇਸ਼ੇ ਨੂੰ ਅਪਣਾ ਸਕਣਗੇ ਭਾਰਤ ਆਉਣ ਵਾਲੇ ਲੋਕਾਂ ਲਈ ਇੱਕ ਜ਼ਰੂਰੀ ਖਬਰ ਹੈ ਭਾਰਤ ਸਰਕਾਰ ਨੇ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਆਪਣੇ ਦਿਸ਼ਾ ਨਿਰਦੇਸ਼ਾਂ ਵਿੱਚ ਸੋਧ ਕੀਤੀ ਹੈ ਸੰਸ਼ੋਧਿਤ ਦਿਸ਼ਾ ਨਿਰਦੇਸ਼ ਜੋ ਕਿ 25 ਅਕਤੂਬਰ ਤੋਂ ਲਾਗੂ ਹੋਣਗੇ ਦੇ ਲਈ RT-PCR ਤੇ ਰਿਪੋਰਟ ਹੋਣਾ ਲਾਜ਼ਮੀ ਹੈ ਭਾਰਤ ਸਰਕਾਰ ਨੇ ਇਹ ਤਬਦੀਲੀ ਅਜਿਹੇ ਸਮੇਂ ਵਿੱਚ ਕੀਤੀ ਹੈ ਜਦੋਂ ਦੁਨੀਆ ਭਰ ਵਿੱਚ ਕੋਰੋਨਾ ਮਹਾਂਮਾਰੀ ਦੇ ਮਾਮਲੇ ਘੱਟ ਰਹੇ ਨੇ ਅਤੇ ਵੈਕਸੀਨ ਲਗਵਾਉਣ ਵਾਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਵਾਇਰਸ ਦੇ ਬਦਲਦੇ ਰੂਪ ਤੇ ਲਗਾਤਾਰ ਫੋਕਸ ਰੱਖਣ ਦੀ ਲੋੜ ਹੈ ਭਾਰਤ ਸਰਕਾਰ ਨੇ ਇਸ ਤੋਂ ਪਹਿਲਾਂ 17 ਫਰਵਰੀ ਨੂੰ ਵਰਤਮਾਨ ਗਾਈਡਲਾਈਨਸ ਨੂੰ ਜਾਰੀ ਕੀਤਾ ਸੀ ਹੁਣ ਸਰਕਾਰ ਨੇ ਕੋਰੋਨਾ ਦੇ ਮਾਮਲੇ ਘੱਟ ਹੋਣ ਕਾਰਨ ਇਸ ਦੀ ਸਮੀਖਿਆ ਕੀਤੀ ਹੈ ਇਸ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਸੋਧੇ ਗਏ ਪ੍ਰੋਟੋਕਾਲ ਨੂੰ ਯਾਤਰੀਆਂ ਅਤੇ ਏਅਰਲਾਈਨ ਕੰਪਨੀਆਂ ਨੂੰ ਦੇਸ਼ ਵਿੱਚ ਦਾਖਲ ਹੋਣ ਸਮੇਂ ਮੰਨਣਾ ਹੋਏਗਾ ਆਦੇਸ਼ ਮੁਤਾਬਕ ਸਾਰੇ ਯਾਤਰੀਆਂ ਨੂੰ ਇੱਕ ਸਵੈ ਘੋਸ਼ਿਤ ਫਾਰਮ ਨੂੰ ਭਰ ਕੇ ਆਨਲਾਈਨ ਏਅਰ ਸਹੂਲਤ ਪੋਰਟਲ ਤੇ ਆਪਣੀ ਯਾਤਰਾ ਤੋਂ ਠੀਕ ਪਹਿਲਾਂ ਅਪਲੋਡ ਕਰਨਾ ਹੋਏਗਾ ਇਸ ਤੋਂ ਇਲਾਵਾ ਕੋਰੋਨਾ ਦੀ ਨੈਗੇਟਿਵ RT-PCR ਰਿਪੋਰਟ ਅਤੇ ਰਿਪੋਰਟ ਦੀ ਪ੍ਰਮਾਣਿਕਤਾ ਨਾਲ ਸੰਬੰਧਿਤ ਘੋਸ਼ਣਾ ਪੱਤਰ ਨੂੰ ਭਰ ਕੇ ਦੇਣਾ ਹੋਏਗਾ ਇਸ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਯਾਤਰੀਆਂ ਨੇ ਰਿਪੋਰਟ ਵਿੱਚ ਗੜਬੜੀ ਕੀਤੀ ਤਾਂ ਉਹਨਾਂ ਖਿਲਾਫ਼ ਅਪਰਾਧਿਕ ਕਾਰਵਾਈ ਕੀਤੀ ਜਾਏਗੀ ਇਸ ਆਦੇਸ਼ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਯਾਤਰੀਆਂ ਨੂੰ ਪੋਰਟਲ 'ਤੇ ਹੀ ਅੰਡਰਟੇਕਿੰਗ ਦੇਣੀ ਹੋਏਗੀ ਮਤਲਬ ਜੇਕਰ ਲੋੜ ਪਈ ਤਾਂ ਉਹ ਹੋਮ ਕੁਆਰੰਟਾਈਨ ਰਹਿਣਗੇ ਜਾਂ ਖੁਦ ਹੀ ਸਿਹਤ ਸੰਬੰਧੀ ਨਿਗਰਾਨੀ ਕਰਨਗੇ ਇਸ ਆਦੇਸ਼ ਵਿੱਚ ਕੁਝ ਦੇਸ਼ਾਂ ਲਈ ਵਾਧੂ ਕਦਮ ਵੀ ਚੁੱਕੇ ਗਏ ਨੇ ਜਿੱਥੇ ਕੋਰੋਨਾ ਦਾ ਪ੍ਰਸਾਰ ਤੇਜ਼ ਹੈ ਇਹਨਾਂ ਦੇਸ਼ਾਂ ਦੇ ਬਾਰੇ ਜਾਣਕਾਰੀ ਭਾਰਤ ਦੇ ਸਿਹਤ ਮੰਤਰਾਲੇ ਜਾਂ ਵਿਦੇਸ਼ ਮੰਤਰਾਲੇ ਜਾਂ ਏਅਰ ਸਹੂਲਤ ਪੋਰਟਲ 'ਤੇ ਹਾਸਲ ਕੀਤੀ ਜਾ ਸਕਦੀ ਹੈ ਜਿਹੜੇ ਦੇਸ਼ ਭਾਰਤ ਦੇ ਨਾਗਰਿਕਾਂ ਨੂੰ ਕੁਆਰੰਟਾਈਨ ਮੁਕਤ ਦਾਖਲ ਹੋਣ ਦੀ ਇਜਾਜ਼ਤ ਦਿੰਦੇ ਹਨ ਉੱਥੋਂ ਭਾਰਤ ਆਉਣ ਵਾਲੇ ਯਾਤਰੀਆਂ ਨੂੰ ਛੋਟ ਦਿੱਤੀ ਜਾਏਗੀ ਇਹਨਾਂ ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਸਾਰੇ ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਰੋਗਿਆ ਸੇਤੂ ਐਪ ਨੂੰ ਮੋਬਾਈਲ ਵਿੱਚ ਜ਼ਰੂਰ ਡਾਊਨਲੋਡ ਕਰਨ ਮੰਤਰਾਲੇ ਮੁਤਾਬਕ ਭਾਰਤ ਨੇ ਕੋਵਿਡ-19 ਟੀਕਿਆਂ ਦੀ ਆਪਸੀ ਮਾਨਤਾ ਲਈ ਕੌਮੀ ਪੱਧਰ ਜਾਂ WHO ਦੁਆਰਾ ਮਾਨਤਾ ਪ੍ਰਾਪਤ ਕਰਨ ਲਈ 11 ਦੇਸ਼ਾਂ ਬ੍ਰਿਟੇਨ ਫਰਾਂਸ ਜਰਮਨੀ ਨੇਪਾਲ ਬੇਲਾਰੂਸ ਲਿਬਨਾਨ ਅਰਮੀਨੀਆ ਯੂਕਰੇਨ ਬੈਲਜੀਅਮ ਹੰਗਰੀ ਅਤੇ ਸਰਬੀਆ ਨਾਲ ਸਮਝੌਤੇ ਕੀਤੇ ਹਨ ਇਹਨਾਂ ਦੇਸ਼ਾਂ ਤੋਂ ਆਉਣ ਵਾਲੇ ਯਾਤਰੀ ਜਿਨ੍ਹਾਂ ਨੂੰ ਟੀਕੇ ਦੀਆਂ ਸਾਰੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ ਅਤੇ ਕੋਵਿਡ-19 ਟੀਕਾਕਰਨ ਦੇ ਮੁਕੰਮਲ ਹੋਣ ਤੋਂ 15 ਦਿਨ ਬੀਤ ਗਏ ਹਨ ਨੂੰ ਸੋਧਦੇ ਹੋਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਹੁੰਚਣ ਤੇ 14 ਦਿਨਾਂ ਦੇ ਅੰਦਰ ਹਵਾਈ ਅੱਡੇ ਤੋਂ ਬਾਹਰ ਜਾਣ ਦੀ ਆਗਿਆ ਦਿੱਤੀ ਜਾਏਗੀ ਆਸਟ੍ਰੇਲੀਅਨ ਫੈਡਰਲ ਸਰਕਾਰ ਨੇ ਨਵੰਬਰ ਤੋਂ ਆਸਟ੍ਰੇਲੀਅਨ ਨਾਗਰਿਕਾਂ ਸਥਾਈ ਵਸਨੀਕਾਂ ਨਿਊਜ਼ੀਲੈਂਡ ਨਾਗਰਿਕਾਂ ਅਤੇ ਉਹਨਾਂ ਦੇ ਯੋਗ ਮਾਪਿਆਂ ਲਈ ਜੋ ਕੋਵਿਡ-19 ਟੀਕਿਆਂ ਦੀਆਂ ਦੋਨੋਂ ਖੁਰਾਕਾਂ ਲਵਾ ਚੁੱਕੇ ਹਨ ਲਈ ਆਪਣੀਆਂ ਕੌਮਾਂਤਰੀ ਸਰਹੱਦਾਂ ਖੋਲ੍ਹਣ ਦਾ
ਐਲਾਨ ਕੀਤਾ ਹੈ। ਪਰ ਆਜ਼ਾਦੀ ਦੇ ਰੋਡ ਮੈਪ ਵਿੱਚ ਪਿਛਲੇ 18 ਮਹੀਨਿਆਂ ਤੋਂ ਸਰਕਾਰ ਤੋਂ ਚੰਗੀ ਉਮੀਦ ਲਾਈ ਬੈਠੇ ਅਸਥਾਈ ਵੀਜ਼ਾ ਧਾਰਕਾਂ, ਵਰਕ ਵੀਜ਼ਾ ਧਾਰਕਾਂ, ਕੌਮਾਂਤਰੀ ਵਿਦਿਆਰਥੀਆਂ ਅਤੇ ਸੈਲਾਨੀਆਂ ਬਾਰੇ ਫਿਲਹਾਲ ਕੋਈ ਅਹਿਮ ਐਲਾਨ ਨਹੀਂ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਮਾਰਚ 2020 ਵਿੱਚ ਆਸਟ੍ਰੇਲੀਆ ਨੇ ਗੈਰ ਨਾਗਰਿਕਾਂ ਲਈ ਆਪਣੀਆਂ ਸਰਹੱਦਾਂ ਬੰਦ ਕਰ ਦਿੱਤੀਆਂ ਸਨ ਅਤੇ ਨਾਗਰਿਕਾਂ ਨੂੰ ਸਰਕਾਰੀ ਇਜਾਜ਼ਤ ਤੋਂ ਬਿਨਾਂ ਦੇਸ਼ ਛੱਡਣ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਸਰਕਾਰ ਅਗਲੇ ਮਹੀਨੇ ਬਾਇਓ ਸਿਕਿਉਰਿਟੀ ਐਕਟ ਯੋਗ ਯਾਤਰਾ ਪਾਬੰਦੀ ਹਟਾਉਣ ਦੀ ਯੋਜਨਾ ਬਣਾ ਰਹੀ ਹੈ। ਕੁਆਂਟਸ ਇੱਕੋ ਸਮੇਂ ਲੰਡਨ ਅਤੇ ਲਾਸ ਏਂਜਲਸ ਲਈ ਉਡਾਣਾਂ ਦੁਬਾਰਾ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਦਸੰਬਰ ਮਹੀਨੇ 'ਚ ਕੁਆਂਟਸ ਏਅਰਲਾਈਨ ਵਾਧੂ ਮੰਜ਼ਿਲਾਂ ਲਈ ਉਡਾਣਾਂ ਸ਼ਾਮਿਲ ਕਰੇਗੀ ਅਤੇ ਕੁਝ ਹੋਰ ਏਅਰਲਾਈਨਾਂ ਆਸਟ੍ਰੇਲੀਆ ਲਈ ਉਡਾਣਾਂ ਦੁਬਾਰਾ ਸ਼ੁਰੂ ਕਰਨਗੀਆਂ। ਵਾਪਸ ਆਉਣ ਵਾਲੇ ਨਾਗਰਿਕਾਂ ਨੂੰ ਘਰ ਵਿੱਚ 7 ਦਿਨ ਵੱਖ ਰਹਿਣਾ ਲਾਜ਼ਮੀ ਹੋਏਗਾ। ਮੰਨਿਆ ਜਾ ਰਿਹਾ ਹੈ ਕਿ ਅਗਲੇ ਸਾਲ ਹੋਣ ਵਾਲੀਆਂ ਸੰਘੀ ਚੋਣਾਂ ਅਤੇ ਲਾਜ਼ਮੀ ਵੋਟਿੰਗ ਦੇ ਚਲਦਿਆਂ ਸਰਕਾਰ ਦਾ ਇਹ ਫੈਸਲਾ ਬਹੁਤ ਸਾਰੇ ਨਾਖੁਸ਼ ਆਸਟ੍ਰੇਲੀਆਈ ਲੋਕਾਂ ਨੂੰ ਸੰਤੁਸ਼ਟ ਕਰੇਗਾ। ਪਿਛਲੇ ਸਾਲ ਕੋਰੋਨਾ ਮਹਾਂਮਾਰੀ ਕਾਰਨ ਵਿਸ਼ਵ ਭਰ ਵਿੱਚ ਤਬਾਹੀ ਮੱਚ ਗਈ ਸੀ, ਜਿਸ ਦਾ ਡਰ ਹੁਣ ਵੀ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ। ਭਾਵੇਂ ਕਿ ਮਾਮਲੇ ਬਹੁਤ ਘੱਟ ਗਏ ਹਨ, ਇਸ ਖਤਰੇ ਨੂੰ ਦੇਖਦੇ ਹੋਏ ਟਰੂਡੋ ਸਰਕਾਰ ਨੇ ਵੈਕਸੀਨ ਪਾਸਪੋਰਟ ਸ਼ੁਰੂ ਕਰਨ ਦੀ ਘੋਸ਼ਣਾ ਕਰ ਦਿੱਤੀ ਹੈ, ਜਿਸ ਤੋਂ ਬਿਨਾਂ 3 ਨਵੰਬਰ ਤੋਂ ਕੈਨੇਡਾ ਵਿੱਚ ਰਹਿ ਰਹੇ ਲੋਕਾਂ ਨੂੰ ਘਰੇਲੂ ਅਤੇ ਬਾਹਰੀ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਹੋਏਗੀ। ਇਹ ਗੱਲ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਕੈਨੇਡਾ ਦੇ ਇਸ ਕਦਮ ਨੂੰ ਦੇਖਦੇ ਹੋਏ ਹੋਰ ਦੇਸ਼ ਵੀ ਇਹ ਕਦਮ ਉਠਾ ਸਕਦੇ ਨੇ। ਇਸ ਦੇ ਨਾਲ ਹੀ ਕੈਨੇਡਾ ਉਹ ਮੁਲਕ ਹੈ ਜਿੱਥੇ ਵੱਡੀ ਗਿਣਤੀ ਵਿੱਚ ਪੰਜਾਬੀ ਰਹਿੰਦੇ ਨੇ, ਇਸ ਲਈ ਨਵੇਂ ਸਾਲ ਮੌਕੇ ਇੱਧਰ ਆਉਣ ਦੀ ਸੋਚ ਰਹੇ ਪੰਜਾਬੀਆਂ ਨੂੰ ਯਾਤਰਾ ਕਰਨ ਲਈ ਵੈਕਸੀਨ ਪਾਸਪੋਰਟ ਵੀ ਲੈਣਾ ਹੋਏਗਾ ਅਤੇ ਇਹ ਤਾਂ ਹੀ ਮਿਲੇਗਾ ਜੇਕਰ ਕੋਰੋਨਾ ਟੀਕੇ ਦੀਆਂ ਪੂਰੀਆਂ ਖੁਰਾਕਾਂ ਲਵਾ ਲਈਆਂ ਹਨ। ਇਸ ਵੈਕਸੀਨ ਪਾਸਪੋਰਟ ਵਿੱਚ ਨਾਮ, ਜਨਮ ਤਾਰੀਖ ਅਤੇ ਕੋਵਿਡ-19 ਟੀਕੇ ਦੀ ਹਿਸਟਰੀ, ਜਿਵੇਂ ਕਿ ਕਿਹੜੀ ਖੁਰਾਕ ਲੱਗੀ ਹੈ, ਕਦੋਂ ਲਵਾਈ ਹੈ ਦੀ ਜਾਣਕਾਰੀ ਹੋਏਗੀ। ਦਿਆ ਸਟਾਰ ਦੇ ਰਿਪੋਰਟ ਮੁਤਾਬਕ ਵੈਕਸੀਨ ਪਾਸਪੋਰਟ 'ਤੇ ਬਕਾਇਦਾ QR ਕੋਡ ਵੀ ਹੋਏਗਾ। ਅਮੈਰੀਕਾ ਵਿੱਚ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਲੋਕਾਂ ਨੂੰ ਬੂਸਟਰ ਡੋਜ਼ ਲਈ ਮਾਡਰਨਾ ਅਤੇ ਜੌਨਸਨ ਐਂਡ ਜੌਨਸਨ ਦੀ ਵੈਕਸੀਨ ਨਾਲ ਹੀ ਹੁਣ 3 ਕੋਰੋਨਾ ਵੈਕਸੀਨ ਦੇ ਮਿਕਸ ਐਂਡ ਮੈਚ ਟੀਕਾਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। USFDA ਦੇ ਇਸ ਕਦਮ ਨਾਲ ਕੋਰੋਨਾ ਵੈਕਸੀਨ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ ਅਤੇ ਡਾਕਟਰਾਂ ਕੋਲ ਇੱਕ ਹੋਰ ਵੈਕਸੀਨ ਦਾ ਬਦਲ ਹੋਏਗਾ। ਦੱਸ ਦਈਏ ਕਿ ਸਰਕਾਰ ਨੇ ਮਾਹਿਰਾਂ ਦੀ ਕਮੇਟੀ ਨੂੰ ਵੈਕਸੀਨ ਦੇ ਮਿਕਸ ਐਂਡ ਮੈਚ ਦੇ ਇੱਕ ਅਧਿਐਨ ਨੂੰ ਮਨਜ਼ੂਰੀ ਦਿੱਤੀ। ਇਸ ਅਧਿਐਨ ਤੋਂ ਬਾਅਦ ਜੋ ਨਤੀਜੇ ਸਾਹਮਣੇ ਆਏ ਹਨ ਉਹ ਕਾਫੀ ਹੈਰਾਨ ਕਰਨ ਵਾਲੇ ਨੇ। ਮਾਹਿਰਾਂ ਨੇ ਦੱਸਿਆ ਕਿ ਮਿਕਸ ਐਂਡ ਮੈਚ ਦੇ ਅਧਿਐਨ ਦੌਰਾਨ ਜਿਨ੍ਹਾਂ ਲੋਕਾਂ ਨੇ ਜੌਨਸਨ ਐਂਡ ਜੌਨਸਨ ਦੀ ਸਿੰਗਲ ਡੋਜ਼ ਵਾਲੀ ਵੈਕਸੀਨ ਲਈ ਸੀ ਅਤੇ ਉਹਨਾਂ ਨੇ ਬੂਸਟਰ ਵਜੋਂ ਮਾਡਰਨਾ ਦੀ ਵੈਕਸੀਨ ਲਵਾਈ ਸੀ, ਅਜਿਹੇ ਲੋਕਾਂ ਦੇ ਸਰੀਰ ਵਿੱਚ 15 ਦਿਨ ਦੇ ਅੰਦਰ ਐਂਟੀਬਾਡੀ ਦਾ ਪੱਧਰ 76 ਗੁਣਾ ਵੱਧ ਗਿਆ, ਜਦਕਿ ਜੌਨਸਨ ਐਂਡ ਜੌਨਸਨ ਦੀ ਬੂਸਟਰ ਡੋਜ਼ ਲੈਣ ਵਾਲਿਆਂ ਦੀ ਐਂਟੀਬਾਡੀ ਸਿਰਫ 4 ਗੁਣਾ ਹੀ ਵਧੀ ਹੈ। ਮਾਹਿਰਾਂ ਦੀ ਕਮੇਟੀ ਦੇ ਅਧਿਐਨ ਵਿੱਚ ਜਿਸ ਤਰ੍ਹਾਂ ਦੇ ਨਤੀਜੇ ਸਾਹਮਣੇ ਆਏ ਸਨ ਉਸਨੂੰ ਦੇਖਣ ਤੋਂ ਬਾਅਦ ਪਹਿਲੇ ਹੀ ਇਸ ਗੱਲ 'ਤੇ ਚਰਚਾ ਹੋ ਰਹੀ ਸੀ ਕਿ FDA ਬੁੱਧਵਾਰ ਤੱਕ ਬੂਸਟਰ ਡੋਜ਼ ਦੇ ਰੂਪ ਵਿੱਚ ਮਾਡਰਨਾ ਅਤੇ ਜੌਨਸਨ ਐਂਡ ਜੌਨਸਨ ਦੀ ਵੈਕਸੀਨ ਲਾਉਣ ਦੀ ਇਜਾਜ਼ਤ ਦੇ ਸਕਦਾ ਹੈ। ਹਾਲਾਂਕਿ ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਭਲੇ ਹੀ ਮਿਕਸ ਐਂਡ ਮੈਚ ਵੈਕਸੀਨੇਸ਼ਨ ਦੇ ਨਤੀਜੇ ਆਸ਼ਾਜਨਕ ਦਿਖਾਈ ਦੇ ਰਹੇ ਨੇ, ਪਰ ਵਪਾਰਕ ਪੱਧਰ 'ਤੇ ਇਸ ਨੂੰ ਲਾਗੂ ਕਰਨ ਲਈ ਇਸ ਦੀ ਪ੍ਰਭਾਵਸ਼ੀਲਤਾ ਦੀ ਜਾਂਚ ਲਈ ਵੱਡੇ ਅਧਿਐਨ ਦੀ ਲੋੜ ਹੈ। ਦੁਨੀਆ ਭਰ ਵਿੱਚ ਕੋਰੋਨਾ ਦਾ ਖਤਰਾ ਅਜੇ ਖਤਮ ਨਹੀਂ ਹੋਇਆ। ਰੋਜ਼ਾਨਾ 1 ਦਿਨ ਹਜ਼ਾਰਾਂ ਦੀ ਗਿਣਤੀ ਵਿੱਚ ਮੌਤਾਂ ਦਰਜ ਕੀਤੀਆਂ ਜਾ ਰਹੀਆਂ ਹਨ। ਇਨਫੈਕਸ਼ਨ ਨੂੰ ਰੋਕਣ ਦਾ ਇੱਕੋ ਇੱਕ ਤਰੀਕਾ ਹੈ ਵੈਕਸੀਨ। ਜਿਨ੍ਹਾਂ ਨੇ ਵੈਕਸੀਨ ਦੀਆਂ 2 ਖੁਰਾਕਾਂ ਲਈਆਂ ਹਨ ਉਹਨਾਂ ਨੂੰ ਬੂਸਟਰ ਖੁਰਾਕ ਦੇਣ ਦੀ ਗੱਲ ਚੱਲ ਰਹੀ ਹੈ। ਉੱਥੇ ਕੋਰੋਨਾ ਦੀ ਬੂਸਟਰ ਖੁਰਾਕ ਲੈ ਕੇ ਜਰਮਨ ਪਾਰਟਨਰ ਕੰਪਨੀ ਬਾਇਓਨਟੈਕ SE ਅਤੇ ਫਾਈਜ਼ਰ ਇੰਕ ਨੇ ਇੱਕ ਖੋਜ ਕੀਤੀ ਹੈ। ਇਸ ਖੋਜ ਮੁਤਾਬਕ ਪਤਾ ਚੱਲਿਆ ਹੈ ਕਿ ਜੇਕਰ ਕਿਸੇ ਨੂੰ ਕੋਰੋਨਾ ਦੀਆਂ 2 ਖੁਰਾਕਾਂ ਲੱਗੀਆਂ ਹਨ, ਜੇਕਰ ਉਹ ਬੂਸਟਰ ਖੁਰਾਕ ਲਵਾ ਲੈਂਦਾ ਹੈ ਤਾਂ ਉਸਨੂੰ ਇਨਫੈਕਸ਼ਨ ਹੋਣ ਦੀ ਦਰ ਘੱਟ ਹੈ। ਬੂਸਟਰ ਖੁਰਾਕ ਨੂੰ ਕੋਰੋਨਾ ਦੇ ਸਭ ਤੋਂ ਖਤਰਨਾਕ ਵੈਰੀਐਂਟ ਡੈਲਟਾ 'ਤੇ ਕਾਫੀ ਪ੍ਰਭਾਵੀ ਪਾਇਆ ਗਿਆ। ਦਵਾਈ ਨਿਰਮਾਤਾ ਕੰਪਨੀਆਂ ਨੇ ਦੱਸਿਆ ਕਿ ਖੋਜ ਵਿੱਚ ਸ਼ਾਮਲ 6 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਦੇ 10,000 ਭਾਗੀਦਾਰਾਂ ਵਿੱਚ ਇਸ ਦਾ ਟੈਸਟ ਕੀਤਾ ਗਿਆ ਸੀ ਅਤੇ ਕੋਰੋਨਾ ਨਾਲ ਜੁੜੀਆਂ ਬਿਮਾਰੀਆਂ ਵਿਰੁੱਧ ਇਹ ਬੂਸਟਰ ਖੁਰਾਕ 95.6% ਅਸਰਦਾਰ ਦੇਖੀ ਗਈ। ਇਹਨਾਂ ਭਾਗੀਦਾਰਾਂ ਵਿੱਚ ਡੈਲਟਾ ਵੈਰੀਐਂਟ ਦੇ ਲੱਛਣ ਵਾਲੇ ਵਿਅਕਤੀ ਵੀ ਸ਼ਾਮਲ ਨੇ। ਅਧਿਐਨ ਮੁਤਾਬਕ ਬੂਸਟਰ ਖੁਰਾਕ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਕਾਫੀ ਅਨੁਕੂਲ ਹੈ। ਦਵਾਈ ਨਿਰਮਾਤਾਵਾਂ ਨੇ ਖੋਜ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਧਿਐਨ 'ਚ ਦੂਜੀ ਖੁਰਾਕ ਅਤੇ ਬੂਸਟਰ ਖੁਰਾਕ 'ਚ ਲਗਭਗ 11 ਮਹੀਨਿਆਂ ਦਾ ਸਮਾਂ ਸੀ। ਜ਼ਿਆਦਾ ਭਾਗੀਦਾਰਾਂ ਦੀ ਉਮਰ 53 ਸਾਲ ਸੀ ਅਤੇ 55.5% ਭਾਗੀਦਾਰ 16 ਤੋਂ 55 ਸਾਲ ਦਰਮਿਆਨ ਸਨ, 65 ਸਾਲ ਤੋਂ ਉੱਤੇ ਦੇ ਪ੍ਰਤੀਭਾਗੀ 23.3% ਸਨ।
चीन विच एक बार फिर कोविड-19 तबाही मचा रहा है। वीरवार नूं कोरोना दे मामले वधण कारण अथॉरिटीज़ नूं स्कूलां नूं बंद करना पै गया है अते सैकड़ां फ्लाइटां नूं रद्द कर दिता गया है। चीन विच अथॉरिटीज़ ने नवीं लहर लई सैलानियां दे एक ग्रुप नूं जिम्मेवार ठहराया है। चीन ने हमेशा तो जीरो कोविड-19 नीति का पालन किया, इस कारण उसने सरहद ते सख्ती वरती अते लॉकडाउन नूं सख्ती नाल अपनाया। इत्थे तक कि जब दूजे देश पाबंदियां ढिल्लदे रहे सन, चीन ने सख्त पाबंदी लागू कर रखी सी। चीन विच घरेलू पद्धर ते हुण तक महामारी नूं कंट्रोल करके रख्या गया, पर लगातार 5वें दिन आए नवे मामले कारण अथॉरिटीज़ नूं परेशान कर दिता है। इस ज़्यादातर मामले उत्तरी अते उत्तरी पछमी सूबे च सामने आए हन। अथॉरिटीज़ ने हुण इत्थे पाबंदियां नूं वधा दिता है। जो नवे मामले सामने आ रहे ने उस दे लई उस बजुर्ग जोड़े नूं जिम्मेवार ठहराया जा रहा है जो कई सैलानियां दे ग्रुप च शामिल हन। ਇਹ ਜੋੜਾ ਸੰਘਾਈ 'ਚ ਸੀ ਅਤੇ ਇੱਥੋਂ ਗਾਂਸੂ ਸੂਬੇ ਦੇ ਸਿਆਸ ਅਤੇ ਇਨ ਮੰਗੋਲੀਆ 'ਚ ਦਾਖਲ ਹੋਏ ਸਨ। ਕਈ ਦਰਜ ਮਾਮਲੇ ਉਹਨਾਂ ਦੇ ਸਫ਼ਰ ਦੌਰਾਨ ਸਾਹਮਣੇ ਆ ਚੁੱਕੇ ਨੇ। 5 ਸੂਬਿਆਂ ਵਿੱਚ ਅਜਿਹੇ ਲੋਕ ਮਿਲੇ ਹਨ ਜੋ ਇਹਨਾਂ ਦੇ ਸੰਪਰਕ ਵਿੱਚ ਆਏ ਸਨ, ਜਿਸ ਵਿੱਚ ਰਾਜਧਾਨੀ ਬੀਜਿੰਗ ਵੀ ਸ਼ਾਮਲ ਹੈ। ਸਥਾਨਕ ਪੱਧਰ 'ਤੇ ਸਰਕਾਰਾਂ ਨੇ ਵੱਡੇ ਪੱਧਰ 'ਤੇ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ ਅਤੇ ਸੈਲਾਨੀ ਸਥਾਨਾਂ ਨੂੰ ਬੰਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਪ੍ਰਭਾਵਿਤ ਖੇਤਰਾਂ ਵਿੱਚ ਸਥਿਤ ਸਕੂਲਾਂ ਅਤੇ ਸਾਰੇ ਮਨੋਰੰਜਨ ਸਥਾਨਾਂ 'ਤੇ ਤਾਲੇ ਲਗਾ ਦਿੱਤੇ ਗਏ ਨੇ। ਨਾਲ ਹੀ ਹਾਊਸਿੰਗ ਕੰਪਾਊਂਡਸ 'ਤੇ ਵੀ ਲੋਕਡਾਊਨ ਕਰ ਦਿੱਤਾ ਗਿਆ ਹੈ। ਕੁਝ ਖੇਤਰਾਂ ਜਿਵੇਂ ਕਿ ਲਾਂਝੂ, ਨਾਗਰਿਕਾਂ ਨੂੰ ਜਦ ਤੱਕ ਜ਼ਰੂਰੀ ਕੰਮ ਨਾ ਹੋਵੇ ਘਰੋਂ ਬਾਹਰ ਨਾ ਨਿਕਲਣ ਲਈ ਕਿਹਾ ਗਿਆ ਹੈ। ਰਾਸ਼ਟਰਪਤੀ ਜੋ ਬਾਈਡਨ ਵੱਲੋਂ ਚੀਨ ਵਿੱਚ ਅਗਲੇ ਅਮਰੀਕੀ ਰਾਜਦੂਤ ਦੇ ਰੂਪ ਵਿੱਚ ਨਾਮਜ਼ਦ ਨਿਕੋਲਜ਼ ਵਰਨਸ ਨੇ ਭਾਰਤ ਦੇ ਚਾਲਬਾਜ਼ ਗੁਆਂਢੀ ਨੂੰ ਸਪਸ਼ਟ ਸੰਦੇਸ਼ ਦੇ ਦਿੱਤਾ ਹੈ। ਉਹਨਾਂ ਸਾਫ਼ ਕਿਹਾ ਹੈ ਕਿ ਚੀਨ ਹਿਮਾਲਿਆ ਸਰਹੱਦ 'ਤੇ ਭਾਰਤ ਦੇ ਪ੍ਰਤੀ ਹਮਲਾ ਵਾਰ ਰਿਹਾ ਹੈ ਅਤੇ ਜੇਕਰ ਉਹ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਅਮੈਰੀਕਾ ਨੂੰ ਉਸ ਨੂੰ ਜਵਾਬਦੇਹ ਬਣਾਉਣਾ ਪਏਗਾ। ਚੀਨ ਵਿੱਚ ਅਮਰੀਕੀ ਰਾਜਦੂਤ ਦੇ ਰੂਪ 'ਚ ਆਪਣੇ ਨਾਂ ਦੀ ਪੁਸ਼ਟੀ ਸੰਬੰਧੀ ਸੁਣਵਾਈ ਦੌਰਾਨ ਸੈਨੇਟ ਦੀ ਵਿਦੇਸ਼ ਸੰਬੰਧਾਂ ਨਾਲ ਜੁੜੀ ਕਮੇਟੀ ਦੇ ਮੈਂਬਰਾਂ ਨੂੰ ਬਰਨਸ ਨੇ ਬੁੱਧਵਾਰ ਨੂੰ ਕਿਹਾ ਕਿ ਚੀਨ ਨੂੰ ਜਿੱਥੇ ਚੁਣੌਤੀ ਦੀ ਜ਼ਰੂਰਤ ਪਏਗੀ ਅਮੈਰੀਕਾ ਉਸਨੂੰ ਉੱਥੇ ਚੁਣੌਤੀ ਦੇਵੇਗਾ। ਚੀਨ ਜਦੋਂ ਵੀ ਅਮੈਰੀਕੀ ਮੁੱਲਾਂ ਅਤੇ ਹਿੱਤਾਂ ਦੇ ਖਿਲਾਫ਼ ਕਦਮ ਚੁੱਕੇਗਾ, ਅਮੈਰੀਕਾ ਜਾਂ ਉਸਦੇ ਸਹਿਯੋਗੀਆਂ ਦੀ ਸੁਰੱਖਿਆ ਨੂੰ ਖਤਰਾ ਪੈਦਾ ਕਰੇਗਾ ਜਾਂ ਨਿਯਮ ਆਧਾਰਿਤ ਅੰਤਰਰਾਸ਼ਟਰੀ ਵਿਵਸਥਾ ਨੂੰ ਕਮਜ਼ੋਰ ਕਰੇਗਾ, ਅਮਰੀਕਾ ਉਸਦੇ ਖਿਲਾਫ਼ ਕਦਮ ਚੁੱਕੇਗਾ। ਬਰਨਸ ਨੇ ਕਿਹਾ ਚੀਨ ਹਿਮਾਲਿਆ ਸਰਹੱਦ 'ਤੇ ਭਾਰਤ ਖਿਲਾਫ਼ ਦੱਖਣੀ ਚੀਨ ਸਾਗਰ ਵਿੱਚ ਵੀਅਤਨਾਮ, ਫਿਲੀਪੀਨਸ ਅਤੇ ਹੋਰਨਾਂ ਦੇ ਖਿਲਾਫ਼, ਪੂਰਵੀ ਚੀਨ ਸਾਗਰ ਵਿੱਚ ਜਪਾਨ ਦੇ ਖਿਲਾਫ਼ ਹਮਲਾ ਬਾਰ ਰਿਹਾ ਹੈ। ਉਸਨੇ ਆਸਟ੍ਰੇਲੀਆ ਅਤੇ ਲਿਥਾਨੀਆ ਨੂੰ ਧਮਕਾਉਣ ਦੀ ਮੁਹਿੰਮ ਚਲਾਈ ਹੈ। ਸ਼ਿਨਜਿਆਂਗ ਸੂਬੇ ਵਿੱਚ ਕਤਲੇਆਮ, ਤਿੱਬਤ 'ਚ ਸ਼ੋਸ਼ਣ, ਹਾਂਗਕਾਂਗ ਦੀ ਖੁਦਮੁਖਤਾਰੀ ਅਤੇ ਸੁਤੰਤਰਤਾ ਦਾ ਗਲਾ ਘੁੱਟਣ ਅਤੇ ਤਾਇਬਾਨ ਨੂੰ ਧਮਕਾਉਣ ਵਰਗੀਆਂ ਚੀਨੀ ਹਰਕਤਾਂ ਅਨਿਆਏਪੂਰਨ ਹਨ। ਇਸ ਨੂੰ ਰੋਕਣਾ ਚਾਹੀਦਾ ਹੈ। ਅਮੈਰੀਕਾ ਅਤੇ ਕਈ ਯੂਰੋਪੀ ਦੇਸ਼ਾਂ ਨੇ ਬੁੱਧਵਾਰ ਨੂੰ ਉੱਤਰੀ ਕੋਰੀਆ ਵੱਲੋਂ ਹੁਣੇ ਕੀਤੇ ਗਏ ਮਿਜ਼ਾਇਲ ਪ੍ਰੀਖਣਾਂ ਦੀ ਨਿਖੇਧੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਉੱਤਰੀ ਕੋਰੀਆ ਤਕਨੀਕ ਵਿੱਚ ਤਰੱਕੀ ਇਹ ਸਾਬਤ ਕਰਦੀ ਹੈ ਕਿ ਉਸਦੇ ਪਰਮਾਣੂ ਅਤੇ ਮਿਜ਼ਾਇਲ ਪ੍ਰੋਗਰਾਮ ਅਤੇ ਆਰਥਿਕ ਸਰਗਰਮੀਆਂ ਅਤੇ ਸੰਯੁਕਤ ਰਾਸ਼ਟਰ ਦੀਆਂ ਪੂਰਨ ਪਾਬੰਦੀਆਂ ਫੌਰੀ ਤੌਰ 'ਤੇ ਲਾਗੂ ਕਰਨ ਦੀ ਜ਼ਰੂਰਤ ਹੈ। ਅਮੈਰੀਕੀ ਰਾਜਦੂਤ ਲਿੰਡਾ ਥੌਮਸ ਨੇ ਉੱਤਰੀ ਕੋਰੀਆ ਨੂੰ ਉਸਦੇ ਉਕਸਾਵੇ 'ਤੇ ਰੋਕ ਲਗਾਉਣ ਦੀ ਅਪੀਲ ਕੀਤੀ ਹੈ ਜਿਹੜੀ ਸੁਰੱਖਿਆ ਪਰਿਸ਼ਦ ਦੀਆਂ ਪਾਬੰਦੀਆਂ ਦੇ ਪ੍ਰਸਤਾਵਾਂ ਦੀ ਉਲੰਘਣਾ ਕਰਦੇ ਹਨ। ਉਹਨਾਂ ਨੇ ਕਿਹਾ ਕਿ ਉੱਤਰੀ ਕੋਰੀਆ ਨੂੰ ਬਗੈਰ ਕਿਸੇ ਪੇਸ਼ਗੀ ਸ਼ਰਤ ਕੋਰੀਆਈ ਖਿੱਤੇ 'ਚ ਪਰਮਾਣੂ ਹਥਿਆਰਬੰਦੀ ਲਈ ਅਮੈਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਪ੍ਰਸ਼ਾਸਨ ਨਾਲ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ। ਥੌਮਸ ਗ੍ਰੀਨਫੀਲਡ ਨੇ ਸਾਰੇ ਦੇਸ਼ਾਂ ਨੂੰ ਸੰਯੁਕਤ ਰਾਸ਼ਟਰ ਪਾਬੰਦੀਆਂ ਦੇ ਪੂਰਨ ਅਮਲ ਦੀ ਅਪੀਲ ਕਰਦੇ ਹੋਏ ਕਿਹਾ ਤਾਂ ਜੋ ਅਸੀਂ ਉੱਤਰੀ ਕੋਰੀਆ ਫੰਡਿੰਗ ਅਤੇ ਤਕਨੀਕ ਤੱਕ ਪਹੁੰਚ ਰੋਕ ਸਕੀਏ ਜਿਸ ਦੀ ਉਸਨੂੰ ਵੱਡੀ ਤਬਾਹੀ ਲਈ ਗੈਰ ਕਾਨੂੰਨੀ ਹਥਿਆਰ ਬਣਾਉਣ ਅਤੇ ਬੈਲਿਸਟਿਕ ਮਿਜ਼ਾਇਲ ਪ੍ਰੋਗਰਾਮ ਲਈ ਜ਼ਰੂਰਤ ਹੈ। ਸੁਰੱਖਿਆ ਪਰਿਸ਼ਦ ਵਿੱਚ ਯੂਰੋਪੀ ਸੰਘ ਦੇ 3 ਮੈਂਬਰ ਆਇਰਲੈਂਡ, ਫਰਾਂਸ ਅਤੇ ਅਸਟੋਨੀਆ ਨੇ ਵੱਖਰੇ ਵੱਖਰੇ ਬਿਆਨ ਵਿੱਚ ਕਿਹਾ ਕਿ ਪਣਡੁੱਬੀ ਨਾਲ ਦਾਗੀ ਜਾਣ ਵਾਲੀ ਬੈਲਿਸਟਿਕ ਮਿਜ਼ਾਇਲ ਦੇ ਪ੍ਰੀਖਣ ਦੀਆਂ ਖ਼ਬਰਾਂ ਉੱਤਰੀ ਕੋਰੀਆ ਦੇ ਉਕਸਾਵੇ ਦਾ ਹਿੱਸਾ ਨੇ। ਤਿੰਨਾਂ ਦੇਸ਼ਾਂ ਨੇ ਵੀ ਉੱਤਰੀ ਕੋਰੀਆ ਨੂੰ ਅਮੈਰੀਕਾ ਅਤੇ ਦੱਖਣੀ ਕੋਰੀਆ ਨਾਲ ਗੱਲਬਾਤ ਦੇ ਮਤਿਆਂ 'ਤੇ ਸਕਾਰਾਤਮਕ ਜਵਾਬ ਦੇਣ ਦੀ ਅਪੀਲ ਕੀਤੀ ਹੈ। ਉਧਰ ਸੰਯੁਕਤ ਰਾਸ਼ਟਰ ਦੇ 15 ਮੈਂਬਰੀ ਸੰਸਦ ਸੁਰੱਖਿਆ ਪਰਿਸ਼ਦ ਨੇ ਸਹਾਇਕ ਜਨਰਲ ਸਕੱਤਰ ਮੁਹੰਮਦ ਖਾਲਿਦ ਖਿਆਰੇ ਦੀ ਅਗਵਾਈ ਵਿੱਚ ਉੱਤਰੀ ਕੋਰੀਆ ਦੇ ਹਾਲੀਆ ਮਿਜ਼ਾਇਲ ਪ੍ਰੀਖਣਾਂ 'ਤੇ ਇੱਕ ਬੈਠਕ ਕੀਤੀ, ਪਰ ਫਿਲਹਾਲ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ। ਪਣਡੁੱਬੀ ਰਾਹੀਂ ਲਾਂਚ ਕੀਤੇ ਜਾਣ ਵਾਲੇ ਬੈਲਿਸਟਿਕ ਮਿਜ਼ਾਇਲ ਦੇ ਪ੍ਰੀਖਣ ਤੋਂ ਬਾਅਦ ਅਮੈਰੀਕਾ ਸਮੇਤ ਹੋਰ ਦੇਸ਼ਾਂ ਦੇ ਨਿਸ਼ਾਨੇ 'ਤੇ ਆਏ ਉੱਤਰੀ ਕੋਰੀਆ ਨੇ ਵੀਰਵਾਰ ਨੂੰ ਕਿਹਾ ਕਿ ਮੰਗਲਵਾਰ ਨੂੰ ਕੀਤਾ ਗਿਆ ਮਿਜ਼ਾਇਲ ਪ੍ਰੀਖਣ ਆਤਮ ਰੱਖਿਆ ਲਈ ਹੈ, ਨਾ ਕਿ ਅਮੈਰੀਕਾ ਨੂੰ ਨਿਸ਼ਾਨਾ ਬਣਾਉਣ ਲਈ।
ਧਾਰਮਿਕ ਸੁਤੰਤਰਤਾ ਤੇ ਇੱਕ ਅਮਰੀਕੀ ਕਮਿਸ਼ਨ ਨੇ ਕਿਹਾ ਹੈ ਕਿ ਉਹ ਬੰਗਲਾਦੇਸ਼ ਵਿੱਚ ਘੱਟ ਗਿਣਤੀ ਹਿੰਦੂ ਫਿਰਕੇ ਤੇ ਹੋਏ ਹਮਲਿਆਂ ਨਾਲ ਗੰਭੀਰ ਰੂਪ ਨਾਲ ਪਰੇਸ਼ਾਨ ਹਨ। ਇਸ ਦੇ ਨਾਲ ਹੀ ਅਮਰੀਕੀ ਕਮਿਸ਼ਨ ਨੇ ਬੰਗਲਾਦੇਸ਼ੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਹਿੰਦੂ ਵਿਰੋਧੀ ਭਾਵਨਾਵਾਂ ਨੂੰ ਉਤਸ਼ਾਹਿਤ ਕਰਨ ਵਾਲੇ ਕੱਟੜਪੰਥੀ ਅਨਸਰਾਂ ਤੇ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਹਮਲੇ ਦੀ ਨਿੰਦਾ ਕਰਦੇ ਹੋਏ ਅਮਰੀਕੀ ਅੰਤਰਰਾਸ਼ਟਰੀ ਧਾਰਮਿਕ ਸੁਤੰਤਰਤਾ ਕਮਿਸ਼ਨ ਦੇ ਪ੍ਰਧਾਨ ਨਾਦਨ ਮੇਂਜਾ ਨੇ ਕਿਹਾ ਕਿ ਹਾਲੀਆ ਬੰਗਲਾਦੇਸ਼ 'ਚ ਭੜਕੀ ਹਿੰਦੂਆਂ ਦੇ ਖਿਲਾਫ਼ ਹਿੰਸਾ ਦੀ ਲਹਿਰ ਤੋਂ ਗੰਭੀਰ ਰੂਪ ਨਾਲ ਪਰੇਸ਼ਾਨ ਹਨ। ਉਹਨਾਂ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵੱਲੋਂ ਨੀਮ ਫੌਜੀ ਦਸਤਿਆਂ ਨੂੰ ਭੇਜ ਕੇ ਹਿੰਸਾ ਦੇ ਗੰਭੀਰ ਅਪਰਾਧਾਂ ਨੂੰ ਰੋਕਣ ਦੀ ਕਾਰਵਾਈ ਦੀ ਸ਼ਲਾਘਾ ਕਰਦੇ ਹਾਂ। ਹਾਲਾਂਕਿ ਅਸੀਂ ਬੰਗਲਾਦੇਸ਼ੀ ਸਰਕਾਰ ਨੂੰ ਦੇਸ਼ ਵਿੱਚ ਹਿੰਦੂ ਵਿਰੋਧੀ ਭਾਵਨਾਵਾਂ ਨੂੰ ਭੜਕਾਉਣ ਵਾਲੇ ਕੱਟੜਪੰਥੀ ਅਨਸਰਾਂ 'ਤੇ ਕਾਰਵਾਈ ਕਰਨ ਦੀ ਅਪੀਲ ਕਰਦੇ ਹਾਂ। ਇਸ ਕਮਿਸ਼ਨਰ ਅਨੁਰੀਮਾ ਭਾਰਗਵ ਨੇ ਕਿਹਾ ਕਿ ਹਿੰਦੂ ਪੂਜਾ ਸਥਾਨਾਂ 'ਤੇ ਵਿਆਪਕ ਹਮਲਿਆਂ 'ਤੇ ਅਪਵਿੱਤਰਤਾ ਤੋਂ ਖਾਸ ਤੌਰ 'ਤੇ ਪਰੇਸ਼ਾਨ ਹਨ। ਉਹਨਾਂ ਨੇ ਕਿਹਾ ਕਿ ਫਿਰਕੂ ਹਿੰਸਾ ਵਿੱਚ ਸੈਂਕੜੇ ਲੋਕ ਜ਼ਖਮੀ ਹੋਏ ਤੇ ਕੁਝ ਦੀ ਮੌਤ ਹੋ ਗਈ। ਬੰਗਲਾਦੇਸ਼ ਸਰਕਾਰ ਨੂੰ ਦੇਸ਼ ਵਿੱਚ ਹਿੰਦੂਆਂ 'ਤੇ ਸਾਰੇ ਧਾਰਮਿਕ ਫਿਰਕਿਆਂ ਦੇ ਅਧਿਕਾਰਾਂ 'ਤੇ ਸੁਰੱਖਿਆ ਦੀ ਰੱਖਿਆ ਕਰਨ 'ਤੇ ਇਹਨਾਂ ਹਮਲਿਆਂ ਦੇ ਅਪਰਾਧੀਆਂ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਅਪੀਲ ਕਰਦਾ ਹੈ। ਇਸ ਦੌਰਾਨ ਇੱਕ ਅਮਰੀਕੀ ਕੂਟਨੀਤਿਕ ਪੀਟਰ ਡੀ ਹਾਸ ਨੇ ਕਿਹਾ ਕਿ 10 ਲੱਖ ਰੋਹਿੰਗੀਆਂ ਸ਼ਰਨਾਰਥੀਆਂ ਨੂੰ ਆਪਣੇ ਇੱਥੇ ਸ਼ਰਨ ਦੇਣ ਦੀ ਉਦਾਰਤਾ ਲਈ ਉਹ ਸ਼ੇਖ ਹਸੀਨਾ ਸਰਕਾਰ ਦੀ ਸ਼ਲਾਘਾ ਵੀ ਕਰਦੇ ਨੇ। ਉਹਨਾਂ ਨੇ ਸੈਨੇਟ ਦੀ ਵਿਦੇਸ਼ ਸੰਬੰਧਾਂ ਦੀ ਕਮੇਟੀ ਨੂੰ ਕਿਹਾ ਕਿ ਪਿਛਲੇ 5 ਦਹਾਕਿਆਂ ਤੋਂ ਅਮਰੀਕਾ ਬੰਗਲਾਦੇਸ਼ ਦਾ ਭਰੋਸੇਯੋਗ ਦੋਸਤ ਹੈ। ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਹਾਲ ਹੀ ਹੋਈਆਂ ਫਿਰਕੂ ਝੜਪਾਂ 'ਚ ਘੱਟੋ ਘੱਟ 7 ਲੋਕ ਮਾਰੇ ਗਏ ਹਨ। ਬੰਗਲਾਦੇਸ਼ ਵਿੱਚ 13 ਅਕਤੂਬਰ ਤੋਂ ਹਿੰਦੂ ਮੰਦਰਾਂ 'ਤੇ ਹਮਲੇ ਹੋ ਰਹੇ ਨੇ। 7 ਅਕਤੂਬਰ ਦੀ ਦੇਰ ਰਾਤ ਭੀੜ ਨੇ ਬੰਗਲਾਦੇਸ਼ 'ਚ ਹਿੰਦੂਆਂ ਦੇ 66 ਘਰਾਂ ਨੂੰ ਅੱਗ ਲਗਾ ਦਿੱਤੀ ਸੀ। ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੇ ਬਰਤਾਨੀਆ ਤੋਂ ਆਪਣੀ ਭਾਰਤ ਹਵਾਲਗੀ ਵਿਰੁੱਧ ਪਟੀਸ਼ਨ ਦਾਖਲ ਕੀਤੀ ਹੈ, ਜਿਸ 'ਤੇ 14 ਦਸੰਬਰ ਨੂੰ ਲੰਡਨ ਦੀ ਹਾਈ ਕੋਰਟ ਵਿੱਚ ਸੁਣਵਾਈ ਹੋਏਗੀ। ਨੀਰਵ 'ਤੇ ਪੰਜਾਬ ਨੈਸ਼ਨਲ ਬੈਂਕ ਨਾਲ 14,000 ਕਰੋੜ ਰੁਪਏ ਦੀ ਧੋਖਾਧੜੀ ਅਤੇ ਮਨੀ ਲਾਂਡਰਿੰਗ ਦਾ ਦੋਸ਼ ਹੈ। ਧੋਖਾਧੜੀ ਤੋਂ ਬਾਅਦ 50 ਸਾਲਾ ਹੀਰਾ ਕਾਰੋਬਾਰੀ ਨੀਰਵ ਮੋਦੀ ਭਾਰਤ ਤੋਂ ਫਰਾਰ ਹੈ। ਮਾਰਚ 2019 ਵਿੱਚ ਉਸਨੂੰ ਬਰਤਾਨੀਆ 'ਚ ਗ੍ਰਿਫਤਾਰ ਕਰ ਲਿਆ ਗਿਆ ਸੀ। ਤਦ ਤੋਂ ਉਹ ਲੰਡਨ ਦੀ ਵੈਂਡਜ਼ਵਰਥ ਜੇਲ੍ਹ ਵਿੱਚ ਕੈਦ ਹੈ। ਭਾਰਤੀ ਏਜੰਸੀਆਂ ਵੱਲੋਂ ਦਾਇਰ ਪਟੀਸ਼ਨ 'ਤੇ ਲੰਡਨ ਦੀ ਵੈਸਟ ਮਿਨਿਸਟਰ ਮੈਜਿਸਟ੍ਰੇਟ ਕੋਰਟ ਨੇ ਨੀਰਵ ਨੂੰ ਭਾਰਤ ਹਵਾਲੇ ਕਰਨ ਦਾ ਹੁਕਮ ਦਿੱਤਾ ਸੀ। ਇਸ ਹੁਕਮ ਵਿਰੁੱਧ ਨੀਰਵ ਨੂੰ ਮਾਨਸਿਕ ਸਿਹਤ ਅਤੇ ਮਨੁੱਖੀ ਅਧਿਕਾਰਾਂ ਦੇ ਆਧਾਰ 'ਤੇ ਅਪੀਲ ਦਾਇਰ ਕਰਨ ਦੀ ਮਨਜ਼ੂਰੀ ਮਿਲੀ ਹੈ। ਨੀਰਵ ਦੇ ਵਕੀਲਾਂ ਨੇ ਆਪਣੇ ਮੁਵੱਕਲ ਦੇ ਤਣਾਅ 'ਚ ਹੋਣ ਅਤੇ ਉਸਦੇ ਖੁਦਕੁਸ਼ੀ ਕਰਨ ਦਾ ਖਤਰਾ ਹੋਣ ਦੀ ਗੱਲ ਕਹੀ ਸੀ। ਉਸਦੇ ਵਕੀਲਾਂ ਦੇ ਤਰਕ ਨੂੰ ਸੁਣਨ ਮਗਰੋਂ ਹਾਈ ਕੋਰਟ ਦੇ ਜੱਜ ਮਾਰਟਿਨ ਚੈਂਬਰਲੇਨ ਨੇ 9 ਅਗਸਤ ਨੂੰ ਅਪੀਲ ਦਾਇਰ ਕਰਨ ਦੀ ਆਗਿਆ ਦਿੱਤੀ ਸੀ। ਹਾਈਕੋਰਟ ਦੇ ਅਧਿਕਾਰੀਆਂ ਨੇ ਦੱਸਿਆ ਕਿ ਅਪੀਲ ਪਟੀਸ਼ਨ 'ਤੇ 14 ਦਸੰਬਰ ਨੂੰ ਸਿਰਫ 1 ਦਿਨ ਦੀ ਹੀ ਸੁਣਵਾਈ ਹੋਵੇਗੀ, ਉਸ ਤੋਂ ਬਾਅਦ ਫੈਸਲਾ ਦਿੱਤਾ ਜਾਏਗਾ। ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਪ੍ਰਵਾਸੀਆਂ ਬਾਰੇ ਉਹਨਾਂ ਦੀਆਂ ਟਿੱਪਣੀਆਂ ਨੂੰ ਹਊਆ ਬਣਾਇਆ ਜਾ ਰਿਹਾ ਹੈ ਅਤੇ ਵਿਰੋਧੀ ਧਿਰ ਉਹਨਾਂ ਦੇ ਇਸ ਬਿਆਨ ਨੂੰ ਲੈ ਕੇ ਗੰਦੀ ਸਿਆਸਤ ਖੇਡ ਰਹੀ ਹੈ। ਪ੍ਰੀਮੀਅਰ ਦਾ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਇਸ ਤੋਂ 1 ਦਿਨ ਪਹਿਲਾਂ ਬ੍ਰੈਂਪਟਨ ਈਸਟ ਤੋਂ NDP ਦੇ MP ਗੁਰਰਤਨ ਸਿੰਘ ਨੇ ਪ੍ਰਸ਼ਾਂਤ ਕਾਲ ਦੌਰਾਨ ਉਹਨਾਂ ਕੋਲੇ ਸਵਾਲ ਪੁੱਛਿਆ ਸੀ ਕਿ ਉਹ ਪ੍ਰਵਾਸੀਆਂ ਬਾਰੇ ਆਪਣੇ ਵਿਵਾਦਿਤ ਬਿਆਨ ਨੂੰ ਲੈ ਕੇ ਮਾਫ਼ੀ ਮੰਗਣ ਲਈ ਤਿਆਰ ਹਨ ਜਾਂ ਨਹੀਂ। ਗੁਰਰਤਨ ਨੇ ਕਿਹਾ ਕਿ ਪ੍ਰੀਮੀਅਰ ਦਾ ਇਹ ਬਿਆਨ ਪ੍ਰਵਾਸੀਆਂ ਦੇ ਦਿਲ ਨੂੰ ਠੇਸ ਪਹੁੰਚਾਉਣ ਵਾਲਾ ਵੰਡ ਪਾਓ ਤੇ ਗਲਤ ਹੈ, ਇਸ ਲਈ ਉਹਨਾਂ ਨੂੰ ਇਸ ਦੇ ਲਈ ਬੇਝਿਜਕ ਮੁਆਫ਼ੀ ਮੰਗਣੀ ਚਾਹੀਦੀ ਹੈ। ਇਸ ਦੇ ਜਵਾਬ ਵਿੱਚ ਡਗ ਫੋਰਡ ਨੇ ਗੁਰਰਤਨ ਨੂੰ ਕਿਹਾ ਕਿ ਉਹ ਆਪਣੇ ਸਿੱਖ ਭਾਈਚਾਰੇ ਕੋਲੋਂ ਪੁੱਛਣ ਕਿ ਉਹਨਾਂ ਦਾ ਇਹ ਬਿਆਨ ਕਿੰਨਾ ਕੁ ਗਲਤ ਹੈ। ਦੱਸ ਦਈਏ ਕਿ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਪ੍ਰਵਾਸੀਆਂ ਬਾਰੇ ਇਹ ਟਿੱਪਣੀਆਂ ਵਿੰਡਸਟਰ ਐਸੈਕਸ ਰੀਜਨ ਵਿੱਚ ਕੀਤੀਆਂ ਸਨ, ਜਿੱਥੇ ਉਹ ਇੱਕ ਵੱਡੇ ਹਸਪਤਾਲ ਦੀ ਉਸਾਰੀ ਬਾਰੇ ਐਲਾਨ ਕਰਨ ਗਏ ਸਨ। ਇਸ ਦੌਰਾਨ ਉਹਨਾਂ ਨੇ ਪ੍ਰਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਤੁਸੀਂ ਵੀ ਇੱਥੇ ਹਰ ਨਵੇਂ ਕੈਨੇਡੀਅਨ ਵਾਂਗ ਮਿਹਨਤ ਕਰਨ ਆਏ ਹੋ, ਪਰ ਜੇ ਤੁਸੀਂ ਸੋਚਦੇ ਹੋ ਕਿ ਵਿਹਲੇ ਬੈਠ ਕੇ ਬੇਰੁਜ਼ਗਾਰੀ ਪੱਤਾ ਲੈਂਦੇ ਰਹੋਗੇ ਤਾਂ ਇਹ ਤੁਹਾਡਾ ਭੁਲੇਖਾ ਹੈ, ਕਿਤੇ ਹੋਰ ਚਲੇ ਜਾਓ। ਇਸ 'ਤੇ ਵਿਰੋਧੀ ਧਿਰਾਂ ਨੇ ਇਹ ਮੁੱਦਾ ਚੁੱਕ ਲਿਆ। ਓਨਟਾਰੀਓ ਵਿੱਚ ਲਿਬਰਲ ਆਗੂ ਸਟੀਵਨ ਡਾਲ ਡੂਕਾ ਨੇ ਡਗ ਫੋਰਡ ਦੀ ਟਿੱਪਣੀ ਨੂੰ ਵੰਡੀਆਂ ਪਾਉਣ ਵਾਲੀ ਅਤੇ ਮਾਯੂਸੀ ਭਰੀ ਕਰਾਰ ਦਿੰਦਿਆਂ ਕਿਹਾ ਕਿ ਪ੍ਰੀਮੀਅਰ ਨੂੰ ਤੁਰੰਤ ਇਸ ਬਾਰੇ ਮੁਆਫ਼ੀ ਮੰਗਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਪ੍ਰੀਮੀਅਰ ਦਾ ਫਰਜ਼ ਓਨਟਾਰੀਓ ਵਾਸੀਆਂ ਨੂੰ ਇਕਜੁੱਟ ਕਰਨ ਦਾ ਹੁੰਦਾ ਹੈ, ਨਾ ਕਿ ਵੰਡੀਆਂ ਪਾਉਣ ਦਾ। ਇਸ ਮਗਰੋਂ ਗੁਰਰਤਨ ਸਿੰਘ ਨੇ ਵੀ ਪ੍ਰਸ਼ਨ ਕਾਲ ਦੌਰਾਨ ਇਹ ਮੁੱਦਾ ਚੁੱਕਿਆ ਸੀ। ਕੋਵਿਸ਼ੀਲਡ ਅਤੇ ਫਾਈਜ਼ਰ ਦੀਆਂ ਕੋਰੋਨਾ ਵਾਇਰਸ ਵਿਰੋਧੀ ਵੈਕਸੀਨ ਦੀਆਂ 2 ਖੁਰਾਕਾਂ ਕੋਰੋਨਾ ਵਾਇਰਸ ਦੇ ਡੈਲਟਾ ਸਰੂਪ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਵਿੱਚ 90% ਤੋਂ ਵੱਧ ਪ੍ਰਭਾਵੀ ਸਾਬਤ ਹੋ ਸਕਦੀਆਂ ਹਨ।
ਇਹ ਖੁਲਾਸਾ ਦਵਾਈਆਂ ਸੰਬੰਧੀ ਮੈਗਜ਼ੀਨ ਦੀ ਨਿਊ ਇੰਗਲੈਂਡ ਵਿੱਚ ਛਪੀ ਖੋਜ ਰਾਹੀਂ ਕੀਤਾ ਗਿਆ ਹੈ। ਯੂਨੀਵਰਸਿਟੀ ਆਫ ਐਡਨਬਰਗ ਦੇ ਜਨ ਸਿਹਤ ਸਕਾਟਲੈਂਡ ਦੀ ਖੋਜ ਟੀਮ ਵੱਲੋਂ 1 ਅਪ੍ਰੈਲ ਤੋਂ 27 ਸਤੰਬਰ 2021 ਤੱਕ ਸਕਾਟਲੈਂਡ ਵਿੱਚ 54 ਲੱਖ ਲੋਕਾਂ ਤੇ ਸਰਵੇਖਣ ਕੀਤਾ ਗਿਆ। ਇਸ ਵਿੱਚ ਪਾਇਆ ਗਿਆ ਹੈ ਕਿ ਡੈਲਟਾ ਸਰੂਪ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਵਿੱਚ ਫਾਇਜ਼ਰ ਬਾਇਓਟੈਕ ਦੀ ਵੈਕਸੀਨ 90% ਅਤੇ ਆਕਸਫੋਰਡ ਐਸਟ੍ਰਾਜ਼ੈਨਿਕਾ ਦੀ ਵੈਕਸੀਨ, ਜਿਸ ਨੂੰ ਭਾਰਤ ਵਿੱਚ ਕੋਵਿਸ਼ੀਲਡ ਦੇ ਨਾਮ ਨਾਲ ਜਾਣਿਆ ਜਾਂਦਾ ਹੈ, 91% ਪ੍ਰਭਾਵੀ ਹੈ। ਕੈਨੇਡਾ ਦੀਆਂ ਮੱਧਕਾਲੀ ਚੋਣਾਂ ਦੌਰਾਨ ਭਾਵੇਂ ਸਾਰੀਆਂ ਪਾਰਟੀਆਂ ਨਾਲੋਂ ਵੱਧ ਸੀਟਾਂ ਲੈ ਕੇ ਲਿਬਰਲ ਪਾਰਟੀ ਮੁੜ ਸੱਤਾ ਵਿੱਚ ਪਰਤ ਆਈ ਹੈ, ਪਰ ਇਸ ਵਾਰ ਵੀ ਜਸਟਿਨ ਟਰੂਡੋ ਦੀ ਅਗਵਾਈ ਵਿੱਚ ਘੱਟ ਗਿਣਤੀ ਸਰਕਾਰ ਹੀ ਬਣਨ ਜਾ ਰਹੀ ਹੈ। ਇਸ ਦੇ ਚੱਲਦਿਆਂ ਲਿਬਰਲਾਂ ਨੂੰ ਕੋਈ ਵੀ ਕਾਨੂੰਨ ਪਾਸ ਕਰਾਉਣ ਲਈ ਦੂਜੀਆਂ ਪਾਰਟੀਆਂ ਦੇ ਸਹਾਰੇ ਰਹਿਣਾ ਪਏਗਾ। ਪਿਛਲੀ ਸਰਕਾਰ ਵੇਲੇ NDP ਲਿਬਰਲਾਂ ਦਾ ਸਮਰਥਨ ਕਰਦੀ ਰਹੀ ਹੈ, ਪਰ ਇਸ ਵਾਰ ਜਗਮੀਤ ਸਿੰਘ ਨੇ ਤਾਜ਼ਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਜੇਕਰ ਲਿਬਰਲ ਪਾਰਟੀ ਨੇ ਕੋਈ ਗਲਤ ਫੈਸਲਾ ਲਿਆ ਜਾਂ ਕੋਈ ਅਜਿਹਾ ਕੰਮ ਕੀਤਾ ਜਿਸ ਨਾਲ ਕੈਨੇਡੀਅਨ ਲੋਕਾਂ ਦਾ ਦਿਲ ਦੁਖੇ ਤਾਂ NDP ਉਸ ਤੇ ਵਿਰੁੱਧ ਵੋਟ ਪਾਏਗੀ। ਜਸਟਿਨ ਟਰੂਡੋ ਕੁਝ ਦਿਨਾਂ ਵਿੱਚ ਆਪਣੀ ਨਵੀਂ ਕੈਬਨਿਟ ਦਾ ਐਲਾਨ ਕਰਨ ਜਾ ਰਹੇ ਹਨ ਤੇ 22 ਨਵੰਬਰ ਨੂੰ ਕੈਨੇਡਾ ਦੀ ਸੰਸਦ ਹਾਊਸ ਆਫ ਕਾਮਨਸ ਦੀ ਵਾਪਸੀ ਲਈ ਮੰਚ ਤਿਆਰ ਕੀਤਾ ਜਾ ਰਿਹਾ ਹੈ। ਪਿਛਲੇ ਮਹੀਨੇ ਹੋਈਆਂ ਮੱਧਕਾਲੀ ਚੋਣਾਂ ਵਿੱਚ ਭਾਵੇਂ ਲਿਬਰਲ ਪਾਰਟੀ ਨੇ ਮੁੜ ਜਿੱਤ ਦਰਜ ਕੀਤੀ ਹੈ, ਪਰ ਬਹੁਗਿਣਤੀ ਸਰਕਾਰ ਬਣਾਉਣ ਦੀ ਜਸਟਿਨ ਟਰੂਡੋ ਦੀ ਇੱਛਾ ਪੂਰੀ ਨਹੀਂ ਹੋ ਸਕੀ ਤੇ ਉਹਨਾਂ ਨੂੰ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਘੱਟ ਗਿਣਤੀ ਸਰਕਾਰ ਹੀ ਬਣਾਉਣੀ ਪੈ ਰਹੀ ਹੈ। ਇਸ ਵਾਰ ਵੀ ਉਹਨਾਂ ਨੂੰ ਕੋਈ ਵੀ ਕਾਨੂੰਨ ਪਾਸ ਕਰਾਉਣ ਲਈ ਨਿਊ ਡੈਮੋਕ੍ਰੇਟਿਕ ਪਾਰਟੀ, ਕੰਜ਼ਰਵੇਟਿਵ ਜਾਂ ਬਲਾਕ ਕਿਊਬੈਕ ਤੇ ਨਿਰਭਰ ਰਹਿਣਾ ਪਏਗਾ। ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਹਫ਼ਤੇ ਕੰਜ਼ਰਵੇਟਿਵ NDP ਬਲਾਕ ਕਿਊਬੈਕ ਤੇ ਗ੍ਰੀਨ ਪਾਰਟੀ ਦੇ ਨੇਤਾਵਾਂ ਨਾਲ ਮੁਲਾਕਾਤ ਕਰਕੇ ਉਹਨਾਂ ਦੀ ਗੱਲ ਸੁਣੀ ਤੇ ਆਪਣੀ ਗੱਲ ਵੀ ਉਹਨਾਂ ਨਾਲ ਸਾਂਝੀ ਕੀਤੀ ਕਿ ਉਹ ਦੇਸ਼ ਵਿੱਚ ਕੀ ਨਵਾਂ ਕਰਨਾ ਚਾਹੁੰਦੇ ਨੇ। ਜਸਟਿਨ ਟਰੂਡੋ ਨਾਲ ਬੈਠਕ ਤੋਂ ਬਾਅਦ NDP ਨੇਤਾ ਜਗਮੀਤ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਲਿਬਰਲਾਂ ਨੂੰ ਉਹਨਾਂ ਦੀ ਪਾਰਟੀ NDP ਦੇ ਸਮਰਥਨ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ, ਕਿਉਂਕਿ ਜੇਕਰ ਟਰੂਡੋ ਸਰਕਾਰ ਕੋਈ ਗਲਤ ਫੈਸਲਾ ਲਏਗੀ ਜਾਂ ਕੋਈ ਅਜਿਹਾ ਕੰਮ ਕਰੇਗੀ ਜਿਸ ਨਾਲ ਕੈਨੇਡੀਅਨ ਲੋਕਾਂ ਦਾ ਦਿਲ ਦੁਖੇ ਤਾਂ NDP ਉਸ ਦੇ ਵਿਰੋਧ ਵੋਟ ਪਾਏਗੀ। ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਵੀਰਵਾਰ ਨੂੰ ਕਿਹਾ ਕਿ ਪਾਕਿਸਤਾਨ ਨੂੰ ਭਾਰਤ ਤੋਂ ਅਫਗਾਨਿਸਤਾਨ ਤੇ ਸੰਮੇਲਨ ਵਿੱਚ ਹਿੱਸਾ ਲੈਣ ਦਾ ਸੱਦਾ ਮਿਲਿਆ ਹੈ ਅਤੇ ਇਸ ਬਾਰੇ ਸਮੇਂ ਤੇ ਫੈਸਲਾ ਕੀਤਾ ਜਾਵੇਗਾ। ਕੁਰੈਸ਼ੀ ਨੇ ਕਾਬੁਲ ਦੀ ਇੱਕ ਦਿਨ ਦੀ ਯਾਤਰਾ ਤੋਂ ਪਰਤਣ ਤੋਂ ਬਾਅਦ ਇੱਥੇ ਪ੍ਰੈਸ ਕਾਨਫਰੰਸ ਵਿੱਚ ਇਹ ਘੋਸ਼ਣਾ ਕੀਤੀ। ਉਹ ਇੱਕ ਉੱਚ ਪੱਧਰੀ ਵਫਦ ਨਾਲ ਕਾਬੁਲ ਗਏ ਸਨ ਜਿੱਥੇ ਉਹਨਾਂ ਨੇ ਅਫਗਾਨਿਸਤਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਮੁੱਲਾ ਹਸਨ ਅਖੁੰਦ ਨਾਲ ਮੁਲਾਕਾਤ ਕੀਤੀ। ਉਹਨਾਂ ਕਿਹਾ, ਫਿਲਹਾਲ ਭਾਰਤ ਅਤੇ ਪਾਕਿਸਤਾਨ ਵਿਚਾਲੇ ਸੰਬੰਧਾਂ ਵਿੱਚ ਗਰਮ ਜੋਸ਼ੀ ਨਹੀਂ ਹੈ, ਅਸੀਂ ਸਲਾਹ ਤੋਂ ਬਾਅਦ ਸੰਮੇਲਨ ਵਿੱਚ ਹਿੱਸਾ ਲੈਣ ਦੇ ਮੁੱਦੇ ਤੇ ਫੈਸਲਾ ਕਰਾਂਗੇ। ਆਸਟ੍ਰੇਲੀਆ ਅਤੇ ਬ੍ਰਿਟੇਨ ਨੇ ਵੀਰਵਾਰ ਨੂੰ ਅਮਰੀਕਾ ਦੇ ਨਾਲ ਆਪਣੇ ਪਰਮਾਣੂ ਪਣਡੁੱਬੀ ਸਮਝੌਤੇ ਦਾ ਬਚਾਅ ਕੀਤਾ। ਇਹ ਧਿਆਨ ਦੇਣ ਯੋਗ ਹੈ ਕਿ ਇਹ ਸਮਝੌਤਾ ਖੇਤਰ ਵਿੱਚ ਤਣਾਅ ਵਧਾ ਸਕਦਾ ਹੈ ਅਤੇ ਹਥਿਆਰਾਂ ਦੀ ਦੌੜ ਨੂੰ ਵਧਾਵਾ ਦੇ ਸਕਦਾ ਹੈ। UK ਦੇ ਆਰਮਡ ਫੋਰਸਿਸ ਦੇ ਸਕੱਤਰ ਜੇਮਸ ਹਿੱਪੀ ਨੇ ਕਿਹਾ ਕਿ ਉਕਤ ਸਮਝੌਤੇ ਨੂੰ ਕਾਫ਼ੀ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ UK ਅਤੇ ਅਮਰੀਕਾ ਸਾਲਾਂ ਤੋਂ ਅਜਿਹੀ ਟੈਕਨੋਲੋਜੀ ਸਾਂਝੀ ਕਰ ਰਹੇ ਨੇ ਅਤੇ ਇਸ ਵਿੱਚ ਆਸਟ੍ਰੇਲੀਆ ਵੱਲੋਂ ਸ਼ਾਮਲ ਹੋਣ ਦਾ ਫੈਸਲਾ ਸਿਰਫ ਆਪਣੀ ਪਣਡੁੱਬੀ ਸਮਰੱਥਾ ਨੂੰ ਵਿਕਸਿਤ ਕਰਨਾ ਹੈ। ਇਹ ਸਮਝੌਤਾ ਆਸਟ੍ਰੇਲੀਆ ਨੂੰ ਆਪਣੀਆਂ ਪਣਡੁੱਬੀਆਂ ਨੂੰ ਊਰਜਾ ਦੀ ਸਪਲਾਈ ਲਈ ਪਰਮਾਣੂ ਰਿਐਕਟਰ ਮੁਹੱਈਆ ਕਰਵਾਏਗਾ। ਆਸਟ੍ਰੇਲੀਆ ਦੇ ਰੱਖਿਆ ਮੰਤਰੀ ਪੀਟਰ ਡਟਨ ਨੇ ਇਸ ਗੱਲ 'ਤੇ ਸਹਿਮਤੀ ਦਿੱਤੀ ਹੈ ਕਿ ਇਹ ਕੋਈ ਰੱਖਿਆ ਗੱਠਜੋੜ ਜਾਂ ਸੁਰੱਖਿਆ ਸਮਝੌਤਾ ਨਹੀਂ ਹੈ। ਅਮਰੀਕਾ ਵਿੱਚ ਇੱਕ ਸੀਰੀਅਲ ਕਿਲਰ ਮਰਦ ਨਰਸ ਨੂੰ 4 ਮਰੀਜ਼ਾਂ ਦੇ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਹੈ। ਮਰਦ ਨਰਸ ਵਿਲੀਅਮ ਡੇਵਿਸ ਨੇ ਮਰੀਜ਼ਾਂ ਦੀਆਂ ਨਾੜਾਂ ਵਿੱਚ ਹਵਾ ਦੇ ਇੰਜੈਕਸ਼ਨ ਲਗਾ ਕੇ ਉਹਨਾਂ ਦੀ ਜਾਨ ਲੈ ਲਈ। ਡੇਲੀ ਮੇਲ ਦੀ ਰਿਪੋਰਟ ਮੁਤਾਬਕ 37 ਸਾਲਾ ਵਿਲੀਅਮ ਡੇਵਿਸ ਨੇ ਟੈਕਸਾਸ ਦੇ ਮੰਨੇ ਪਰਮੰਦੇ ਹਸਪਤਾਲ ਵਿੱਚ ਹਾਰਟ ਸਰਜਰੀ ਕਰਵਾ ਕੇ ਰਿਕਵਰ ਹੋ ਰਹੇ ਮਰੀਜ਼ਾਂ ਨੂੰ ਤੜਫਾ ਕੇ ਮਾਰ ਦਿੱਤਾ। ਉਸਨੇ ਇਹਨਾਂ ਵਾਰਦਾਤਾਂ ਨੂੰ ਜੂਨ 2017 ਤੋਂ ਜਨਵਰੀ 2018 ਦਰਮਿਆਨ ਅੰਜਾਮ ਦਿੱਤਾ ਸੀ। ਇਸ ਕੇਸ ਦੇ ਵਕੀਲਾਂ ਨੇ ਕੋਰਟ ਵਿੱਚ ਦੱਸਿਆ ਕਿ ਡੇਵਿਸ ਨੇ ਜਾਣ ਬੁੱਝ ਕੇ ਮਰੀਜ਼ਾਂ ਦੀਆਂ ਨਾੜੀਆਂ ਵਿੱਚ ਹਵਾ ਦਾ ਇੰਜੈਕਸ਼ਨ ਲਗਾਇਆ ਸੀ ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ ਸੀ। ਵਕੀਲਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਡੇਵਿਸ ਲੋਕਾਂ ਨੂੰ ਮਾਰਨਾ ਪਸੰਦ ਕਰਦਾ ਸੀ। ਰਿਪੋਰਟ ਦੇ ਅਨੁਸਾਰ ਵਕੀਲ ਗੇਟਵੁੱਡ ਨੇ ਕਿਹਾ, ਵਿਲੀਅਮ ਡੇਵਿਸ ਦਾ ਇਰਾਦਾ ਸਿਰਫ ਇਹੀ ਸੀ ਕਿ ਉਹ ਲੋਕਾਂ ਨੂੰ ਮਾਰਨਾ ਪਸੰਦ ਕਰਦਾ ਸੀ। ਉਸਨੂੰ ਮਰੀਜ਼ਾਂ ਨੂੰ ਹਵਾ ਨਾਲ ਭਰ ਕੇ ਟੀਕਾ ਲਾਉਣ 'ਚ ਮਜ਼ਾ ਆਉਂਦਾ ਸੀ। ਉਹਨਾਂ ਨੇ ਹਸਪਤਾਲ ਦੇ ਕੈਮਰੇ ਵਿੱਚ ਲੱਗੇ CCTV ਦੀ ਫੁਟੇਜ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਡੇਵਿਸ ਮਰੀਜ਼ਾਂ ਨੂੰ ਕਮਰੇ ਵਿੱਚ ਲਿਜਾ ਕੇ ਉਹਨਾਂ ਨੂੰ ਹਵਾ ਦਾ ਇੰਜੈਕਸ਼ਨ ਲਗਾਉਂਦਾ ਅਤੇ ਫਿਰ ਕਮਰੇ ਦੇ ਇੱਕ ਨੁੱਕਰ ਵਿੱਚ ਖੜ੍ਹਾ ਹੋ ਕੇ ਉਹਨਾਂ ਨੂੰ ਤੜਫਦੇ ਵੇਖਦਾ ਰਹਿੰਦਾ ਸੀ। ਅਜਿਹਾ ਉਹ ਇਸ ਲਈ ਕਰ ਰਿਹਾ ਸੀ ਕਿਉਂਕਿ ਉਸਨੂੰ ਵੇਖ ਕੇ
ਵਧੀਆ ਲੱਗਦਾ ਸੀ। ਉਧਰ ਡੇਵਿਸ ਦੇ ਵਕੀਲ ਨੇ ਕਿਹਾ ਕਿ ਉਸਦਾ ਬਚਾਅ ਕਰਦਿਆਂ ਉਸਦਾ ਸੁਖੀ ਪਰਿਵਾਰ ਹੈ, ਉਸਦੀ ਪਤਨੀ ਅਤੇ ਦੋ ਬੱਚੇ ਨੇ, ਉਸ ਕੋਲ ਅਜਿਹਾ ਕਰਨ ਦਾ ਕੋਈ ਕਾਰਨ ਨਹੀਂ ਹੈ। ਫਿਲਹਾਲ ਸਮਿਥ ਕਾਊਂਟੀ ਜ਼ਿਲ੍ਹਾ ਅਦਾਲਤ ਨੇ ਡੇਵਿਸ ਨੂੰ 4 ਲੋਕਾਂ ਦੇ ਕਤਲ ਦਾ ਦੋਸ਼ੀ ਠਹਿਰਾਇਆ ਹੈ। ਅਗਲੀ ਸੁਣਵਾਈ 'ਤੇ ਸਜ਼ਾ ਸੁਣਾਈ ਜਾਏਗੀ। ਰਿਪੋਰਟ ਦੀ ਮੰਨੀਏ ਤਾਂ ਉਸਨੂੰ ਉਮਰ ਕੈਦ ਜਾਂ ਮੌਤ ਦੀ ਸਜ਼ਾ ਹੋ ਸਕਦੀ ਹੈ। ਵਕੀਲਾਂ ਨੇ ਮੌਤ ਦੀ ਸਜ਼ਾ ਦੀ ਮੰਗ ਵੀ ਕੀਤੀ ਹੈ। ਕੀ ਕਦੇ ਤੁਸੀਂ ਕਿਸੇ ਦੇਸ਼ ਵਿੱਚ ਅਜਿਹੀ ਸਥਿਤੀ ਵੇਖੀ ਹੈ ਜਿੱਥੇ ਮਾਪਿਆਂ ਨੂੰ ਭੁੱਖ ਦੇ ਕਾਰਨ ਆਪਣੇ ਬੱਚਿਆਂ ਨੂੰ ਵੇਚਣਾ ਪੈਂਦਾ ਹੈ, ਜਿੱਥੇ ਛੋਟੇ ਬੱਚਿਆਂ ਨੂੰ ਹਰ ਇੱਕ ਦਾਣੇ ਲਈ ਤਰਸਣਾ ਪੈਂਦਾ ਹੈ, ਜਿੱਥੇ ਕੂੜੇ ਦੇ ਡੱਬੇ ਵਿੱਚ ਬੱਚੇ ਆਪਣੀ ਭੁੱਖ ਮਿਟਾਉਣ ਲਈ ਝਾਕਦੇ ਨੇ? ਅਜਿਹੀਆਂ ਚੀਜ਼ਾਂ ਬਾਰੇ ਬੰਦਾ ਸੋਚ ਵੀ ਨਹੀਂ ਸਕਦਾ, ਪਰ ਅਫਗਾਨਿਸਤਾਨ ਦੇ ਇਹ ਹਾਲਾਤ ਤੁਹਾਨੂੰ ਵੀ ਹਲਾ ਦੇਣਗੇ। ਤਾਲਿਬਾਨ ਦੇ ਹਟਣ ਤੋਂ ਬਾਅਦ ਅਫਗਾਨਿਸਤਾਨ ਦੇ ਹਾਲਾਤ ਵਿਗੜਦੇ ਜਾ ਰਹੇ ਨੇ। ਅੱਤਵਾਦੀ ਇੱਕ ਪਾਸੇ ਖੂਨੀ ਖੇਡ ਖੇਡ ਰਹੇ ਨੇ, ਜਦਕਿ ਦੂਜੇ ਪਾਸੇ ਅਫਗਾਨਿਸਤਾਨ ਭੁੱਖਮਰੀ, ਮਹਿੰਗਾਈ ਅਤੇ ਬੇਰੁਜ਼ਗਾਰੀ ਵੱਲ ਵੱਧ ਰਿਹਾ ਹੈ। ਤਾਲਿਬਾਨ ਦੀ ਬੇਰਹਿਮੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਰਾਤ ਵਿੱਚ ਘਰ ਦੀ ਸਫਾਈ ਦਾ ਕੰਮ ਕਰਨ ਵਾਲੀ ਇੱਕ ਬੇਸਹਾਰਾ ਮਾਂ 'ਤੇ 40,000 ਰੁਪਏ ਦਾ ਕਰਜ਼ਾ ਸੀ। ਉਸਨੇ ਪਰਿਵਾਰ ਦੇ ਗੁਜ਼ਾਰੇ ਲਈ ਇੱਕ ਵਿਅਕਤੀ ਤੋਂ ਪੈਸੇ ਲਏ ਸਨ, ਪਰ ਸਾਲੇਹਾ ਨਾਂ ਦੇ ਇਸ ਔਰਤ ਨੂੰ ਉਧਾਰ ਦੇਣ ਵਾਲੇ ਨੇ ਕਿਹਾ ਕਿ ਜੇ ਉਹ ਆਪਣੇ 3 ਸਾਲਾਂ ਦੀ ਧੀ ਨੂੰ ਵੇਚ ਦੇਵੇ ਤਾਂ ਉਹ ਕਰਜ਼ਾ ਮਾਫ਼ ਕਰ ਦੇਗਾ। ਰਿਪੋਰਟ ਅਨੁਸਾਰ ਇਸ ਇਲਾਕੇ ਦੇ ਆਲੇ ਦੁਆਲੇ ਦੇ ਲੋਕਾਂ ਦਾ ਇਹੀ ਕਹਿਣਾ ਹੈ ਕਿ ਉਹ ਹੁਣ ਤੱਕ ਦਾ ਸਭ ਤੋਂ ਬੁਰਾ ਦੌਰ ਦੇਖ ਰਹੇ ਨੇ। ਉਹਨਾਂ ਨੇ ਆਪਣੀ ਭੁੱਖ ਮਿਟਾਉਣ ਲਈ ਘਰ ਦਾ ਸਮਾਨ ਵੀ ਵੇਚ ਦਿੱਤਾ ਹੈ। ਉਹ ਕੁਝ ਪੈਸਿਆਂ ਲਈ ਘਰ 'ਚ ਵੱਡੀ ਕੀਮਤੀ ਫਰਿੱਜ ਟੀਵੀ ਨੂੰ ਵੇਚਣ ਲਈ ਬਾਜ਼ਾਰ ਜਾ ਰਹੇ ਨੇ। ਪੰਜਾਬ ਦੇ ਟਰਾਂਸਪੋਰਟ ਮੰਤਰੀ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੜ ਵਿਭਾਗ ਦੇ ਕੰਮਕਾਜ, ਪੂਰਨ ਪਾਰਦਰਸ਼ਤਾ ਲਿਆਉਣ ਅਤੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਾ ਰਹੇ ਟੈਕਸ ਡਿਫਾਲਟਰਾਂ ਵਿਰੁੱਧ ਸਖ਼ਤ ਕਾਰਵਾਈ ਦਾ ਪ੍ਰਣ ਲਿਆ। ਪੰਜਾਬ ਭਵਨ ਵਿਖੇ ਟਰਾਂਸਪੋਰਟ ਮੰਤਰੀ ਵਜੋਂ ਆਪਣੀਆਂ 21 ਦਿਨਾਂ ਦੀਆਂ ਪ੍ਰਾਪਤੀਆਂ ਸੰਬੰਧੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਰਾਜਾ ਵੜਿੰਗ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਟਰਾਂਸਪੋਰਟ ਵਿਭਾਗ ਨੇ ਆਪਣੀ ਆਮਦਨੀ ਵਿੱਚ 17.24% ਵਾਧੇ ਨਾਲ ਮੁੜ ਰਫ਼ਤਾਰ ਫੜੀ ਹੈ। ਇਹ ਵਾਧਾ 15 ਅਕਤੂਬਰ ਤੱਕ 7.98 ਕਰੋੜ ਰੁਪਏ ਬਣਦਾ ਹੈ। ਉਹਨਾਂ ਨੇ ਦੱਸਿਆ ਕਿ ਵਿਭਾਗ ਦੀ ਰੋਜ਼ਾਨਾ ਆਮਦਨ ਵਿੱਚ ਕਰੀਬ 53 ਲੱਖ ਰੁਪਏ ਦਾ ਵਾਧਾ ਹੋਇਆ। 15 ਸਤੰਬਰ ਤੋਂ 30 ਸਤੰਬਰ ਤੱਕ ਵਿਭਾਗ ਨੂੰ 46.28 ਕਰੋੜ ਰੁਪਏ ਆਮਦਨ ਹੋਈ, ਜਦਕਿ 1 ਅਕਤੂਬਰ ਤੋਂ 15 ਅਕਤੂਬਰ ਤੱਕ 54.26 ਕਰੋੜ ਰੁਪਏ ਰੋਜ਼ਾਨਾ ਆਮਦਨ ਦਰਜ ਕੀਤੀ ਗਈ ਹੈ। ਟੈਕਸ ਡਿਫਾਲਟਰਾਂ ਅਤੇ ਗੈਰ ਕਾਨੂੰਨੀ ਪਰਮਿਟ ਧਾਰਕਾਂ ਨੂੰ ਵਿਰੁੱਧ ਕਾਰਵਾਈ ਨੂੰ ਜਾਇਜ਼ ਕਰਾਰ ਦਿੰਦਿਆਂ ਸ੍ਰੀ ਰਾਜਾ ਵੜਿੰਗ ਨੇ ਕਿਹਾ ਕਿ ਲੋਕਾਂ ਦੇ ਭਰੋਸੇ ਨੂੰ ਬਹਾਲ ਕਰਨ ਲਈ ਦਾਲ ਵਿੱਚੋਂ ਕੋਕੜੂਆਂ ਦੀ ਛਾਂਟੀ ਬਹੁਤ ਜ਼ਰੂਰੀ ਸੀ, ਕਿਉਂਕਿ ਡਿਫਾਲਟਰ ਬੱਸ ਆਪਰੇਟਰ ਪਿਛਲੇ  10 ਮਹੀਨਿਆਂ ਤੋਂ ਜਿਸ ਟੈਕਸ ਨੂੰ ਦੇਣ ਤੋਂ ਟਾਲ ਵੱਟ ਰਹੇ ਹਨ, ਉਹ ਉਹਨਾਂ ਨੇ ਪਹਿਲਾਂ ਹੀ ਸਵਾਰੀਆਂ ਤੋਂ ਟਿਕਟਾਂ ਦੇ ਰੂਪ ਵਿੱਚ ਵਸੂਲਿਆ ਹੋਇਆ ਹੈ। ਸਿੰਘੂ ਬਾਰਡਰ ਤੇ ਸੰਯੁਕਤ ਕਿਸਾਨ ਮੋਰਚੇ ਦੀ ਜਨਰਲ ਬਾਡੀ ਦੀ ਮੀਟਿੰਗ ਹੋਈ। ਸੰਬੰਧੀ ਕਿਸਾਨੀ ਧਰਨਿਆਂ ਤੇ 329ਵੇਂ ਦਿਨ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਇਸ ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚਾ ਨੇ ਇੱਕ ਵਾਰ ਫਿਰ 15 ਅਕਤੂਬਰ 2021 ਦੀਆਂ ਸਿੰਘੂ ਬਾਰਡਰ ਮੋਰਚੇ ਤੇ ਵਾਪਰੀਆਂ ਹਿੰਸਕ ਘਟਨਾਵਾਂ ਦੀ ਸਖ਼ਤ ਨਿਖੇਧੀ ਕੀਤੀ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਬਲਵੀਰ ਸਿੰਘ ਰਾਜੇਵਾਲ, ਡਾਕਟਰ ਦਰਸ਼ਨ ਪਾਲ, ਗੁਰਨਾਮ ਸਿੰਘ ਚੜੂਨੀ, ਹਨਨ ਮੌਲਾ, ਜਗਜੀਤ ਸਿੰਘ ਦੱਲੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਸ਼ਿਵ ਕੁਮਾਰ ਸ਼ਰਮਾ, ਕੱਕਜੀ ਯੁੱਧਵੀਰ ਸਿੰਘ ਆਦਿ ਨੇ ਕਿਹਾ ਕਿ ਹੁਣ ਤੱਕ ਦੇਸ਼ ਦੇ ਸਾਹਮਣੇ ਜੋ ਸਬੂਤ ਅਤੇ ਰਿਪੋਰਟਾਂ ਸਾਹਮਣੇ ਆਈਆਂ ਹਨ, ਉਹਨਾਂ ਤੋਂ ਇਹ ਸਪਸ਼ਟ ਹੈ ਕਿ ਇਹ ਘਟਨਾ ਇਸ ਤਰ੍ਹਾਂ ਨਹੀਂ ਵਾਪਰੀ। ਇਸ ਦੇ ਪਿੱਛੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਅਤੇ ਇਸ ਨੂੰ ਹਿੰਸਾ ਵਿੱਚ ਫਸਾਉਣ ਦੀ ਸਾਜ਼ਿਸ਼ ਹੈ। ਮੋਰਚੇ ਦੇ ਆਗੂਆਂ ਨੇ ਕਿਹਾ ਕਿ SKM ਮੰਗ ਕਰਦਾ ਹੈ ਕਿ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਕੈਲਾਸ਼ ਚੌਧਰੀ, ਜਿਨ੍ਹਾਂ ਨੂੰ ਤਸਵੀਰਾਂ ਵਿੱਚ ਵੇਖਿਆ ਗਿਆ ਹੈ ਕਿ ਉਹ ਨਿਹੰਗ ਸਿੰਘ ਆਗੂ ਨੂੰ ਮਿਲੇ ਜਿਸਦਾ ਸਮੂਹ ਬੇਰਹਿਮੀ ਨਾਲ ਕਤਲ ਵਿੱਚ ਸ਼ਾਮਲ ਹੈ, ਉਹਨਾਂ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ। ਕਿਸਾਨਾਂ ਨੂੰ ਫਸਾਉਣ ਅਤੇ ਬਦਨਾਮ ਕਰਨ ਦੀ ਸਾਜ਼ਿਸ਼ ਅਤੇ ਡੂੰਘੀ ਸਾਜ਼ਿਸ਼ ਦੀ ਜਾਂਚ ਕਰਨ ਲਈ SKM ਮੰਗ ਕਰਦਾ ਹੈ ਕਿ ਸੁਪਰੀਮ ਕੋਰਟ ਦੇ ਜੱਜ ਦੁਆਰਾ ਜਾਂਚ ਸ਼ੁਰੂ ਕੀਤੀ ਜਾਵੇ। ਕਾਰਵਾਈ ਦੀ ਇੱਕ ਤਾਜ਼ਾ ਮੰਗ ਵਿੱਚ ਸੰਯੁਕਤ ਕਿਸਾਨ ਮੋਰਚੇ ਨੇ 26 ਅਕਤੂਬਰ ਨੂੰ ਪੂਰੇ ਦੇਸ਼ ਵਿੱਚ ਧਰਨੇ ਦੇਣ, ਅਜੇ ਮਿਸ਼ਰਾ ਟੇਨੀ ਦੀ ਬਰਖਾਸਤਗੀ ਅਤੇ ਗ੍ਰਿਫਤਾਰੀ ਲਈ ਦਬਾਅ ਪਾਉਣ ਅਤੇ ਵਿਰੋਧ ਪ੍ਰਦਰਸ਼ਨਾਂ ਦੇ 11 ਮਹੀਨਿਆਂ ਦੇ ਪੂਰੇ ਹੋਣ ਨੂੰ ਮਨਾਉਣ ਲਈ ਇੱਕ ਸਰਬ ਭਾਰਤੀ ਸੱਦਾ ਦਿੱਤਾ। ਇਹ ਸਨ ਹੁਣ ਤੱਕ ਦੀਆਂ ਖਬਰਾਂ, ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆ ਗਿਆ। ਹੋਰ ਖਬਰਾਂ ਦੇ ਲਈ ਸਾਡਾ ਯੂਟਿਊਬ ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।